ਕਿਤੇ ਡਾਲਰਾਂ ਦੀ ਮਹਿਕ 'ਚ ਨਾ ਗਵਾਚੇ ਪੰਜਾਬੀ ਆਓ ਵਿਰਸਾ ਸੰਭਾਲੀਏ ਨਾ ਕਰੀਏ ਖਰਾਬੀ ਕਿਤੇ ਡਾਲਰਾਂ ਦੀ ਮਹਿਕ 'ਚ ਨਾ ਗਵਾਚੇ ਪੰਜਾਬੀ ਆਓ ਵਿਰਸਾ ਸੰਭਾਲੀਏ ਨਾ ਕਰੀਏ ਖਰਾਬੀ ਜਿੱਥੇ ਭਰੇ ਕੋਈ ਹੁੰਗਾਰਾ ਉੱਥੇ ਬਾਤ ਖੋਲੀ ਦੀ ਆਓ ਕਰੀਏ ਕੋਈ ਗੱਲ ਪੰਜਾਬੀ ਬੋਲੀ ਦੀ ਆਓ ਕਰੀਏ ਕੋਈ ਗੱਲ ਪੰਜਾਬੀ ਬੋਲੀ ਦੀ ਪੰਜਾਬੀ ਬੋਲੀ ਦੀ ਗੱਲ ਪੰਜਾਬੀ ਦੇ ਵਿੱਚ ਅਤੇ ਪੰਜਾਬੀਆਂ ਦੇ ਨਾਲ ਕਰਨ ਵਾਸਤੇ ਮੈਂ ਹਾਜ਼ਰ ਹਾਂ ਜੀ ਜਗਤਾਰ ਸਿੰਘ ਜੱਗੀ ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਹਮੇਸ਼ਾ ਦੀ ਤਰ੍ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਸਲਾਮ ਹੈਲੋ ਹੈ ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਲਾਈਵ ਸ਼ੋਅ ਦੇ ਵਿੱਚ ਅੱਜ ਦਾ ਲਾਈਵ ਸ਼ੋਅ ਵੈਸੇ ਮੈਂ ਸ਼ੁਗਲ ਮੇਲੇ ਤੌਰ 'ਤੇ ਸਵਾਲ ਲੈਂਦਾ ਹੁੰਦਾ ਪਰ ਅੱਜ ਵਿਸ਼ਾ ਹੀ ਇੱਕ ਇਹੋ ਜਿਹਾ ਆਇਆ ਕਿ ਉਹ ਫਿਰ ਆਸੇ ਪਾਸੇ ਸਮਾਂ ਚਾਹੀਦਾ ਉਸ ਵਿਸ਼ੇ ਨੂੰ ਗੱਲ ਕਰਨ ਵਾਸਤੇ ਸਮਾਂ ਚਾਹੀਦਾ ਪਰ ਵਿਸ਼ੇ ਵੱਲ ਜਾਣ ਤੋਂ ਪਹਿਲਾਂ ਮੈਂ ਇੱਕ ਦਲੀਪ ਕੁਮਾਰ ਸਾਹਿਬ ਕੱਲ੍ਹ ਚੜ੍ਹਾਈ ਕਰ ਗਏ ਨੇ 98 ਸਾਲ ਦੀ ਉਮਰ ਸੀਗੀ ਅਤੇ ਉਹਨਾਂ ਦਾ ਦੁੱਖ ਪ੍ਰਗਟ ਕਰਦੇ ਹਾਂ ਜੀ ਟ੍ਰੈਜਡੀ ਕਿੰਗ ਇਹਨਾਂ ਨੂੰ ਕਿਹਾ ਜਾਂਦਾ ਸੀਗਾ 98 ਸਾਲ ਦੀ ਉਮਰ ਤੋਂ ਭਾਵ ਇਹ ਹੈ ਕਿ 11 ਦਸੰਬਰ 1922 ਨੂੰ ਉਹਨਾਂ ਦਾ ਜਨਮ ਹੋਇਆ ਸੀਗਾ ਅਤੇ ਲੰਬਾ ਸਮਾਂ ਉਹਨਾਂ ਨੇ ਫਿਲਮਾਂ 'ਤੇ ਰਾਜ ਕੀਤਾ ਆਸਮਾ ਰਹਿਮਾਨ ਦੇ ਨਾਲ ਵਿਆਹ ਕਰਵਾਇਆ ਸੀ 81 ਦੇ ਵਿੱਚ ਅਤੇ 1966 ਦੇ ਵਿੱਚ ਸਾਇਰਾ ਬਾਨੋ ਨਾਲ ਵਿਆਹ ਕਰਵਾਇਆ ਸੀ ਸਾਇਰਾ ਬਾਨੋ ਦਾ ਬਰਥ ਹੈਗਾ 1944 ਦਾ ਅਤੇ ਮਤਲਬ 22 ਸਾਲ ਦਾ ਫਰਕ ਸੀਗਾ ਵਿਆਹ ਦਾ ਪਰ ਹੁਣ ਜਿਹੜੀ ਕਮਾਲ ਦੀ ਗੱਲ ਇਹ ਹੈ ਸਭ ਦੀ ਰਿਸ਼ਤੇਦਾਰਾਂ ਨੇ ਕਮਰ ਕੱਸੇ ਕਰ ਲਏ ਹੁਣ ਉਹਨਾਂ ਦੇ ਨੇ ਜਿਹੜੇ ਹੈਗੇ ਨੇ ਕਿਉਂਕਿ 250 ਕਰੋੜ ਦੀ ਪ੍ਰੋਪਰਟੀ ਕਹਿੰਦੇ ਹੈਗੀ ਦਲੀਪ ਕੁਮਾਰ ਦੀ ਅਤੇ 250 ਔਲਾਦ ਉਹਨਾਂ ਦੇ ਕੋਈ ਨਹੀਂ ਬੱਚਾ ਕੋਈ ਨਹੀਂ ਸੀ ਨਾ ਆਸਮਾ ਤੋਂ ਅਤੇ ਨਾ ਸਾਇਰਾ ਬਾਨੋ ਤੋਂ ਅਤੇ 250 ਕਰੋੜ ਦੀ ਪ੍ਰੋਪਰਟੀ ਉਹਨਾਂ ਦੀ ਜਿਹੜੀ ਹੈਗੀ ਹੈ ਪਰਮਾਤਮਾ ਭਲੀ ਕਰੇ ਰਿਸ਼ਤੇਦਾਰ ਤਾਂ ਉਦੋਂ ਹੀ ਝੋਰਾਂ ਲਾ ਲਈਆਂ ਹੋਣੀਆਂ ਉਹਨਾਂ ਨੇ ਤਾਂ ਲਾ ਲਿਆ ਹੋਣਾ ਹਿਸਾਬ ਤਾਂ ਵੀ ਹੁਣ ਕਿਵੇਂ ਕੀ ਕਰਨਾ ਚਲੋ ਦੁੱਖ ਪ੍ਰਗਟ ਕਰਦੇ ਹਾਂ ਬਹੁਤ ਵਿਸ਼ੇ ਦੀ ਗੱਲ ਕਰੀਏ ਤਾਂ ਜੀ ਕਈ ਵਿਸ਼ੇ ਸਾਨੂੰ ਤੁਸੀਂ ਦਿੰਦੇ ਹੋ ਇੱਕ ਮੈਨੂੰ ਕਈ ਦਿਨਾਂ ਤੋਂ ਫੋਨ ਇੱਥੋਂ ਆ ਰਿਹਾ ਸੀਗਾ ਸਾਡੇ ਟ੍ਰੇਸੀ ਤੋਂ ਕਿਸੇ ਦਾ ਮੈਂ ਉਹਨਾਂ ਦਾ ਨਾਮ ਨਹੀਂ ਲਵਾਂਗਾ ਔਨ ਏਅਰ ਕਿਉਂਕਿ ਵਿਸ਼ਾ ਹੀ ਇਹੋ ਜਿਹਾ ਸਾਡੇ ਸਮਾਜ ਦੇ ਵਿੱਚ ਅਸੀਂ ਵਿਆਹ ਕਰਦੇ ਇੱਕ ਵਿਆਹ ਹੁੰਦਾ ਸਭ ਦਾ ਤਕਰੀਬਨ ਸਭ ਦਾ ਚਲੋ ਕੁਝ ਇੱਕ ਨੂੰ ਛੱਡ ਕੇ ਜਿਹੜੇ ਕੋਈ ਜਮਾਂ ਕਿਰਾਏ ਨਹੀਂ ਵਾਜਪਾਈ ਸਾਹਿਬ ਵਰਗੇ ਹੋ ਗਏ ਜਿਹੜੇ ਅਤੇ ਵਿਆਹ ਤਕਰੀਬਨ ਇੱਕ ਐਸੀ ਰਸਮ ਆ ਐਸਾ ਰੀਤੀ ਰਿਵਾਜ ਹੈ ਔਰ ਇਹ ਵੀ ਕਿਹਾ ਜਾਂਦਾ ਕਿ ਅਗਰ ਮਾਂ ਸਭ ਤੋਂ ਕਲੋਜ਼ ਆ ਪਹਿਲਾਂ ਬੰਦੇ ਦੇ ਅਤੇ ਉਸ ਤੋਂ ਬਾਅਦ ਪਤੀ ਪਤਨੀ ਦਾ ਰਿਸ਼ਤਾ ਸਭ ਤੋਂ ਨੇੜੇ ਦਾ ਰਿਸ਼ਤਾ ਹੁੰਦਾ ਮਾਂ ਤੋਂ ਬਾਅਦ ਇਹ ਇੱਕ ਐਸਾ ਰਿਸ਼ਤਾ ਜਿਹੜਾ ਕਹਿੰਦੇ ਵੀ ਕੱਚੀ ਡੋਰ ਦੇ ਨਾਲ ਬੰਨਿਆ ਹੁੰਦਾ ਕੱਚੀ ਡੋਰ ਦਾ ਹੁੰਦਾ ਵਿਸ਼ਵਾਸ ਦੇ ਸਿਰ 'ਤੇ ਇਹ ਰਿਸ਼ਤੇ ਚੱਲਦੇ ਨੇ ਪਹਿਲੇ ਸਮਿਆਂ ਦੇ ਵਿੱਚ ਬਹੁਤ ਵਿਸ਼ਵਾਸ ਹੁੰਦਾ ਸੀ ਅੱਜ ਕੱਲ੍ਹ ਵਿਸ਼ਵਾਸ ਰਿਹਾ ਹੀ ਨਹੀਂ ਹੈਗਾ ਫਿਰ ਦੂਜਾ ਸਭ ਤੋਂ ਵੱਡਾ ਪੰਗਾ ਪਿਆ ਲਵ ਮੈਰਿਜਾਂ ਨੇ ਪੰਗਾ ਪਾਇਆ ਲਵ ਮੈਰਿਜਾਂ ਨੇ ਵੀ ਵਿਸ਼ਵਾਸ ਜਿਹੜਾ ਉਹ ਤੋੜਤਾ ਮੈਂ ਗੱਲ ਇਹ ਕਰਨੀ ਚਾਹੁੰਦਾ ਵਿਆਹ ਅਸੀਂ ਬੜੇ ਚਾਵਾਂ ਨਾਲ ਕਰਦੇ ਹਾਂ ਧੂਮ ਧੜੱਕੇ ਕਰਦੇ ਹਾਂ ਵਾਹਵਾ ਸਾਰੇ ਪੈਸੇ ਕਈ ਲੋਕ ਲਾ ਦਿੰਦੇ ਨੇ ਕਈ ਤਾਂ ਚੰਗੇ ਪੈਸੇ ਲਾ ਕੇ ਜਾਣੀ ਕਿ ਦਿਖਾਵਾ ਕਰਦੇ ਆ ਵੀ ਅਸੀਂ ਵਿਆਹ ਕੀਤਾ ਅਤੇ ਪਰ ਉਦੋਂ ਬਾਅਦ ਸਾਲ ਵੀ ਨਹੀਂ ਕਈ ਵਾਰ ਟੱਪਦਾ ਅਤੇ ਫਿਰ ਪਤਾ ਲੱਗਦਾ ਇੱਥੋਂ ਤੱਕ ਵੀ ਹੋ ਜਾਂਦਾ ਜੀ ਕਿ ਹਜੇ ਜਿਹੜੀਆਂ ਵਿਆਹ ਦੀ ਐਲਬਮ ਹੁੰਦੀ ਹੈ ਜਾਂ ਵੀਡੀਓ ਹੁੰਦੀ ਤਾਂ ਫੋਟੋਗ੍ਰਾਫਰ ਨੇ ਹਜੇ ਪਹੁੰਚਾਈ ਨਹੀਂ ਹੁੰਦੀ ਬਹੁਤ ਸਾਰੇ ਕੇਸ ਐਸੇ ਹੋਏ ਨੇ ਸਾਡੇ ਫੋਟੋਗ੍ਰਾਫਰ ਵੀਡੀਓ ਵਾਲੇ ਦੋਸਤ ਦੱਸਦੇ ਨੇ ਵੀ ਅਸੀਂ ਭਰਾਵਾਂ ਜਦੋਂ ਪੈਸੇ ਲੈਣ ਗਏ ਉਹਨਾਂ ਨੂੰ ਕਿਹਾ ਵੀ ਐਲਬਮ ਤੁਹਾਡੀ ਰੈਡੀ ਆ ਅਤੇ ਪੈਸੇ ਦੇ ਦਿਓ ਅਤੇ ਐਲਬਮ ਆਪਣੀ ਲੈ ਲਓ ਤਾਂ ਉਹ ਕਹਿੰਦੇ ਜੀ ਇਹਦੀ ਹੁਣ ਲੋੜ ਨਹੀਂ ਸਾਡਾ ਤਲਾਕ ਹੋ ਗਿਆ ਬੜੇ ਕੇਸ ਇਹੋ ਜਿਹੇ ਅਮੈਰੀਕਾ ਦੇ ਵਿੱਚ ਮੈਨੂੰ ਇਉਂ ਲੱਗਦਾ ਜਿੰਨੇ ਪਰਿਵਾਰਾਂ ਨੂੰ ਮਿਲੇ ਹਾਂ ਚਾਹੇ ਨਿਊਯਾਰਕ ਸੀ ਚਾਹੇ ਇੱਥੇ ਸੀਗੇ ਬਹੁਤ ਕੁੜੀਆਂ ਦੀ ਅਸੀਂ ਗੱਲ ਕਰਨੀ ਖਾਸ ਤੌਰ 'ਤੇ ਕੁੜੀਆਂ ਜਿਹੜੀਆਂ ਲੇਡੀਜ਼ ਨੇ ਕੁੜੀਆਂ ਨੇ ਕਈਆਂ ਨੇ ਤਾਂ ਕਹਿੰਦੇ ਜੀ ਵੀ ਸਾਡੇ ਜਿਹੜੇ ਦੁਖੜੇ ਰੋਏ ਨੇ ਮੈਂ ਅੱਜ ਮੁੱਖ ਦੀ ਗੱਲ ਮੈਂ ਵਿਸ਼ਾ ਪਹਿਲਾਂ ਦੱਸ ਦੇਵਾਂ ਸਿੰਗਲ ਮਦਰ ਬਹੁਤ ਸਾਰੀਆਂ ਮਿਲੀਆਂ ਸਾਨੂੰ ਸਿੰਗਲ ਮਦਰ ਤੋਂ ਭਾਵ ਇਹ ਹੈ ਕਿ ਇੱਕ ਤਾਂ ਸਿੰਗਲ ਮਦਰ ਤਾਂ ਆਇਆ ਬੱਚਾ ਹੋਇਆ ਅਤੇ ਉਦੋਂ ਬਾਅਦ ਡੈਥ ਹੋ ਗਈ ਹਸਬੈਂਡ ਦੀ ਤਾਂ ਉਹ ਵਿਚਾਰੀ ਸਿੰਗਲ ਰਹਿ ਗਈ ਪਰ ਉਹਨਾਂ ਦੀ ਗੱਲ ਨਹੀਂ ਕਰਨੀ ਅਸੀਂ ਉਹਨਾਂ ਸਿੰਗਲ ਮਦਰ ਦੀ ਗੱਲ ਕਰਨੀ ਹੈ ਬੱਚਾ ਹੋਣ ਤੋਂ ਬਾਅਦ ਜਿਹੜੇ ਘਰ ਵਾਲੇ ਨੇ ਅਮੈਰੀਕਾ ਦੀ ਗੱਲ ਖਾਸ ਤੌਰ 'ਤੇ ਬਾਹਰਲੇ ਮੁਲਕਾਂ ਦੀ ਗੱਲ ਖਾਸ ਤੌਰ 'ਤੇ ਕਰਨੀ ਆ ਅਤੇ ਉਦੋਂ ਬਾਅਦ ਉਹਨੂੰ ਸਿੰਗਲ ਕਰਕੇ ਚਲੇ ਗਏ ਬਹੁਤ ਸਾਰੇ ਕੇਸ ਐਸੇ ਨੇ ਪੰਜਾਬੀਆਂ ਦੀ ਗੱਲ ਕਰਦੇ ਆਪਾਂ ਜਿਹੜਾ ਕੋਈ 3-4 ਸਾਲ ਕੱਢਿਆ ਗ੍ਰੀਨ ਕਾਰਡ ਆਇਆ ਅਤੇ ਉਦੋਂ ਬਾਅਦ ਅਗਲਾ ਤਿੱਤਰ ਹੋ ਗਿਆ ਬਹੁਤ ਸਾਰੇ ਕੇਸ ਇਹ ਨੇ ਕਿ ਮਹੀਨਾ ਹੋਇਆ ਸੀ ਵਿਆਹ ਹੋਏ ਨੂੰ ਉਦੋਂ ਬਾਅਦ ਹੋ ਗਏ ਇੱਕ ਕੇਸ ਐਸਾ ਜਿਹੜਾ ਸਾਡੇ ਕੋਲ ਸਾਹਮਣੇ ਆਇਆ ਪਰਸੋਂ ਚੌਥ ਦੀ ਗੱਲ ਹੈ ਉਹਨਾਂ ਨੇ ਸਟੋਰੀ ਦੱਸੀ ਆ ਕੇ ਅਤੇ ਮੈਂ ਫਿਰ ਸੋਚਿਆ ਵੀ ਜ਼ਰੂਰ ਇਹ ਸਾਂਝਾ ਕਰਨਾ ਚਾਹੀਦਾ ਤਾਂ ਕਿ ਮਸਲੇ ਘੱਟ ਸਕਣ ਆਪਣੀ ਕੋਸ਼ਿਸ਼ ਇਹ ਹੁੰਦੀ ਹੈ ਵੀ ਅਸੀਂ ਕਾਰਨ ਲੱਭੀਏ ਅਤੇ ਫਿਰ ਹੱਲ ਲੱਭੀਏ ਦੋ ਹੀ ਚੀਜ਼ਾਂ ਹੁੰਦੀਆਂ ਕਿਸੇ ਡਾਕਟਰ ਕੋਲੋਂ ਜਾਂਦੇ ਹਾਂ ਜੇ ਉਹਨੂੰ ਮਰੀਜ਼ ਦਾ ਬਿਮਾਰੀ ਦਾ ਲੱਭ ਗਈ ਤਾਂ ਹੱਲ ਉਹਦੇ ਕੋਲ ਹੁੰਦਾ ਦਵਾਈਆਂ ਉਹ ਕੋਲ ਸਾਰੀਆਂ ਹੁੰਦੀਆਂ ਸੋ ਤੁਸੀਂ ਜਿਹੜੇ ਹੈਗੇ ਨੇ ਤੁਸੀਂ ਡਾਕਟਰ ਹੋ ਮੇਰੇ ਪ੍ਰੋਗਰਾਮ ਦੇ ਤੁਸੀਂ ਇਸ ਦਾ ਪਹਿਲਾਂ ਬਿਮਾਰੀ ਲੱਭਦੇ ਹਾਂ ਅਤੇ ਫਿਰ ਉਹਦਾ ਇਲਾਜ ਕਰਦੇ ਹਾਂ ਆਪਾਂ ਹੱਲ ਦੱਸਦੇ ਹਾਂ
ਉਹ ਵਿਚਾਰੀ ਦੇ 25 ਦਿਨ ਕਹਿੰਦੀ ਮੈਂ ਹਸਬੈਂਡ ਨਾਲ ਰਹੀ ਹਾਂ ਆਪਣੇ ਇੰਡੀਆ। 25 ਦਿਨ ਦੇ ਵਿੱਚ ਹੀ ਉਦੋਂ ਬਾਅਦ ਵਾਪਸ ਆ ਗਈ ਅਤੇ ਉਦੋਂ ਬਾਅਦ ਉਹਦੇ ਹਸਬੈਂਡ ਨੇ ਬਸ ਗ੍ਰੀਨ ਕਾਰਡ ਗ੍ਰੀਨ ਕਾਰਡ ਗ੍ਰੀਨ ਕਾਰਡ ਗ੍ਰੀਨ ਕਾਰਡ 25 ਦਿਨ ਦੇ ਵਿੱਚ ਹੀ ਉਹ ਪ੍ਰੈਗਨੈਂਟ ਹੋ ਗਈ। ਉਦੋਂ ਬਾਅਦ ਉਹਦੇ ਕੁੜੀ ਬੱਚੀ ਹੋ ਗਈ ਇੱਧਰ। ਉਹ ਬੰਦਾ ਇੰਡੀਆ ਗਿਆ ਕਿਤੇ ਘੁੰਮਣ ਘਾਮਣ, ਹਜੇ ਉਹਦਾ ਉਹ ਇੰਡੀਆ ਤੋਂ ਆਇਆ ਨਹੀਂ ਸੀਗਾ ਅਤੇ ਉਹ ਬੱਚੀ ਨੂੰ ਚੱਕ ਕੇ ਲੈ ਗਿਆ। ਉਦੋਂ ਸਾਲ ਦੋ ਸਾਲ ਦੀ ਹੋਊਗੀ ਜਦੋਂ ਉਹ ਇੰਡੀਆ ਗਿਆ ਦੁਬਾਰਾ, ਕਿਤੇ ਚੱਕ ਕੇ ਲੈ ਗਿਆ ਵੀ ਜਦੋਂ ਮੇਰਾ ਗ੍ਰੀਨ ਕਾਰਡ ਆਊਗਾ ਤਾਂ ਉਦੋਂ ਕੁੜੀ ਮੋੜੂੰਗਾ। ਉਦੋਂ ਬਾਅਦ ਕਰ ਕਰਾ ਕੇ ਚਲੋ ਵਿੱਚ ਪੈਪ ਪਵਾ ਕੇ ਤੂੰ ਕੁੜੀ ਉੱਤਰ ਲੈ ਇੱਥੇ, ਪਰ ਉਹਦੀ ਸਟੋਰੀ ਸੁਣ ਕੇ ਵੀ ਐਂ ਲੱਗਦਾ। ਉਦੋਂ ਉੱਪਰ ਦੀ ਇੱਕ ਗੱਲ ਹੋਰ ਆ, ਸਿੰਗਲ ਮੋਮ ਦੀ, ਅਸੀਂ ਸਿੰਗਲ ਮਦਰ ਦੀ ਗੱਲ ਕਰਦੇ ਹਾਂ। ਜਿਹੜਾ ਮੈਨੂੰ ਫੋਨ ਆਇਆ ਸੀ ਉਹ ਕਹਿੰਦੇ ਸੀ ਵੀ ਅਸੀਂ ਜਦੋਂ ਸਿੰਗਲ ਮੋਮ ਕੋਈ ਵੀ ਹੈ, ਸਿੰਗਲ ਲੇਡੀ ਕੋਈ ਵੀ ਹੈ, ਆਮ ਪਤਾ ਹੁੰਦਾ ਰਿਸ਼ਤੇਦਾਰਾਂ ਨੂੰ ਪਰਿਵਾਰਾਂ ਨੂੰ ਸਾਰਿਆਂ ਨੂੰ ਪਤਾ ਹੁੰਦਾ ਵੀ ਸਿੰਗਲ ਲੇਡੀ ਹੈ, ਸਿੰਗਲ ਮੋਮ ਹੈ, ਅਤੇ ਬੰਦਿਆਂ ਦੀ ਗੱਲ ਛੱਡੋ, ਉਹ ਵਿਧਵਾ ਨੇ, ਉਹ ਕਹਿੰਦੇ ਮੇਰੇ ਹਸਬੈਂਡ ਦੀ ਡੈਥ ਹੋਈ ਹੈ। ਉਹ ਕਹਿੰਦੇ ਵੀ ਅਸੀਂ ਕਿਸੇ ਪਾਰਟੀ 'ਚ ਜਾਂਦੇ ਹਾਂ, ਕਿਸੇ ਸਮਾਗਮ 'ਚ ਜਾਂਦੇ, ਪ੍ਰੋਗਰਾਮ 'ਚ ਜਾਂਦੇ ਹਾਂ, ਈਵਨ ਧਾਰਮਿਕ ਸਥਾਨ 'ਤੇ ਜਾਂਦੇ ਹਾਂ, ਤਾਂ ਸਾਨੂੰ ਬੰਦਿਆਂ ਦੀ ਗੱਲ ਛੱਡੋ। ਪੰਜਾਬੀਆਂ ਦੀ ਗੱਲ ਕਰਦੇ ਆਪਾਂ, ਬੰਦਿਆਂ ਦੀ ਗੱਲ ਛੱਡੋ, ਕਿਹੜੀ ਨਜ਼ਰ ਨਾਲ ਦੇਖਦੇ ਨੇ। ਉਸ ਪ੍ਰੋਗਰਾਮ ਦੇ ਵਿੱਚ ਆਈਆਂ ਜਨਾਨੀਆਂ ਜਿਹੜੀਆਂ ਲੇਡੀਜ਼ ਨੇ, ਉਹ ਵੀ ਐਂ ਇਸ ਨਜ਼ਰ ਨਾਲ ਦੇਖਦੀਆਂ ਵੀ ਪਤਾ ਨਹੀਂ ਅਸੀਂ ਭੂਤ ਹੁੰਦੇ ਹਾਂ ਜਾਂ ਕੀ ਹੁੰਦਾ ਵੀ ਸਿੰਗਲ ਲੇਡੀ ਆ ਗਈ, ਇਹ ਤਾਂ ਮੇਰੇ ਹਸਬੈਂਡ ਨੂੰ ਨਾ ਖਾ ਜਾਵੇ। ਇਹ ਮੇਰਾ ਵਿਸ਼ਾ ਅੱਜ ਦਾ, ਸਿੰਗਲ ਮੋਮ ਨੂੰ ਸਮੱਸਿਆਵਾਂ ਜਿਹੜੀਆਂ ਆਉਂਦੀਆਂ। ਪਹਿਲੀ ਗੱਲ ਤਾਂ ਸਿੰਗਲ ਮਦਰ ਜਿਹੜੀ ਬਣਦੀ ਕਿਉਂ ਇਹ ਜ਼ਿਆਦਾ ਕੇਸ ਵੱਧਦੇ ਜਾ ਰਹੇ ਨੇ ਸਾਡੇ ਪੰਜਾਬੀਆਂ ਦੇ ਵਿੱਚ, ਅਤੇ ਦੂਜੀ ਗੱਲ ਇਹ ਹੈ ਉਹਨਾਂ ਨੂੰ ਸਮੱਸਿਆਵਾਂ ਜਿਹੜੀਆਂ ਆਉਂਦੀਆਂ ਉਹਨਾਂ ਦਾ ਕੀ ਹੱਲ ਹੈ, ਅਤੇ ਤੀਜੀ ਗੱਲ ਜਿਹੜੀ ਹੈਗੀ ਆ ਉਹ ਇਹ ਹੈ ਕਿ ਇਹਦਾ ਹੱਲ ਕੀ ਹੈ ਤਾਂ ਕਿ ਆਉਣ ਵਾਲੇ ਸਮੇਂ ਤੋਂ ਘੱਟ ਹੋਣ ਸਾਡੇ ਨਾਲ, ਕਿਉਂਕਿ ਇਹ ਯੂਨੀਵਰਸਲ ਪ੍ਰੋਬਲਮ ਹੈ, ਇੱਕ ਮੁਲਕ ਦੀ ਪ੍ਰੋਬਲਮ ਨਹੀਂ ਹੈਗੀ। ਅਸੀਂ ਜੇ ਗੱਲ ਕਰੀਏ ਆਸਟ੍ਰੇਲੀਆ ਤੋਂ, ਮੇਰੇ ਨਾਲ ਰੌਬੀ ਬੈਨੀਪਾਲ ਸਾਹਿਬ ਜੁੜਦੇ ਨੇ, ਕਾਫੀ ਸੂਝਵਾਨ ਨੇ, ਬਹੁਤ ਕਿਤਾਬਾਂ ਵਗੈਰਾ ਬਹੁਤ ਪੜ੍ਹਦੇ ਨੇ, ਸਾਹਿਤ ਬਹੁਤ ਪੜ੍ਹਦੇ ਨੇ, ਸੋ ਬਹੁਤ ਜਾਣਕਾਰੀ ਰੱਖਦੇ ਨੇ। ਉਹਨਾਂ ਨਾਲ ਥੋੜ੍ਹੀ ਦੇਰ ਗੱਲ ਕਰਾਂਗੇ ਅਤੇ ਉਸ ਤੋਂ ਬਾਅਦ ਤੁਹਾਡੀਆਂ ਕਾਲਾਂ ਲਵਾਂਗੇ। ਰੌਬੀ ਬੈਨੀਪਾਲ ਸਾਹਿਬ ਜੀ, ਰੌਬੀ ਜੀ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਜਿੱਥੋਂ ਜਿੱਥੋਂ ਵੀ ਜਸ ਪੰਜਾਬੀ ਦੇ ਨਾਲ ਰਾਬਤਾ ਹੋਇਆ ਜਿਨ੍ਹਾਂ ਨੇ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜੀ, ਰਾਬਤਾ ਤੁਸੀਂ ਪਿੱਛੇ ਲਾਇਆ ਹੋਇਆ ਅਤੇ ਰਾਬਤਾ ਬਣਿਆ ਹੋਇਆ ਆਪਣਾ, ਲਗਭਗ ਇਹ ਰਾਬਤਾ ਰੌਬੀ ਜੀ ਤੁਹਾਨੂੰ ਪਤਾ ਆ ਕੈਨੇਡਾ ਅਮੈਰੀਕਾ ਦੇ ਵਿੱਚ ਤਾਂ ਹੈ ਹੀ ਹੈ, ਅਤੇ ਨਾਲ ਦੀ ਨਾਲ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਵੀ ਕੇਬਲ 'ਤੇ ਚੱਲਦਾ ਹੈਗਾ ਪ੍ਰੋਗਰਾਮ ਜਸ ਪੰਜਾਬੀ ਦੇ, ਇੰਡੀਆ ਦੇ ਹਿੱਸੇ 'ਚ ਵੀ ਕੁਛ ਚੱਲਦੇ ਆ। ਅਤੇ ਅਗਰ ਅਸੀਂ ਗੱਲ ਕਰੀਏ, ਇੱਕ ਇਲੀਗਲ ਡੱਬੀਆਂ ਨੇ ਇੱਥੇ ਕੈਨੇਡਾ 'ਚ ਮਿਲਦੀਆਂ, ਪੂਰੀ ਦੁਨੀਆ ਜਿੱਥੇ ਮਰਜ਼ੀ ਲੈ ਜਾਓ, ਅਤੇ ਉਹ ਵੀ ਇਹਦੇ ਪੂਰੀ ਦੁਨੀਆ ਚੱਲਦਾ। ਸਾਨੂੰ ਸਿੰਗਾਪੁਰ ਤੋਂ ਵੀ ਫੋਨ ਆ ਜਾਂਦਾ, ਸੰਦਰ ਤੋਂ ਵੀ ਫੋਨ ਆ ਜਾਂਦਾ, ਸਾਨੂੰ ਇਟਲੀ ਤੋਂ ਵੀ ਫੋਨ ਆ ਜਾਂਦਾ, ਸਿੰਧ ਤੋਂ ਵੀ ਫੋਨ ਆ ਜਾਂਦੇ ਨੇ। ਚਲੋ ਯਾਰ, ਤੁਸੀਂ ਮੇਰੇ ਖਿਆਲ ਗੱਲਬਾਤ ਸੁਣ ਲਈ ਮੇਰੀ ਜੀ, ਇਹ ਸਮੱਸਿਆ ਆਸਟ੍ਰੇਲੀਆ ਦੇ ਵਿੱਚ ਵੀ ਹੈ ਜਾਂ ਆਸਟ੍ਰੇਲੀਆ ਬਚਿਆ ਹੋਇਆ? ਨਹੀਂ ਜੀ, ਵਾਧੂ ਆ ਇੱਥੇ ਵੀ ਬਹੁਤ ਜ਼ਿਆਦਾ, ਇੱਥੇ ਉਹ ਜ਼ਿਆਦਾ ਪੀ ਆਰ ਵਾਲਾ ਮਸਲਾ ਨਹੀਂ ਹੈ ਉਹਨਾਂ, ਜਿੱਦਾਂ ਇੱਥੇ ਇੱਥੇ ਪੀ ਆਰ ਕਹਿੰਦੇ ਨੇ, ਉੱਥੇ ਗ੍ਰੀਨ ਕਾਰਡ ਕਹਿੰਦੇ ਨੇ ਅਮਰੀਕਾ ਦੇ ਵਿੱਚ। ਅਤੇ ਬਟ ਇੱਥੇ 80% ਕੇਸ ਜਿਹੜੇ ਇੰਡੀਅਨ ਕਮਿਊਨਿਟੀ ਦੇ 80% ਟੋਟਲ ਕੇਸਾਂ ਦੇ 80% ਇੰਡੀਅਨ ਕਮਿਊਨਿਟੀ ਦੇ ਵਾਇਲੈਂਸ ਦੇ ਜਾਂਦੇ, ਜਿਨ੍ਹਾਂ ਦੇ ਵਿੱਚ ਜ਼ਿਆਦਾ ਪਰਸੈਂਟ ਜਿਹੜੀ ਉਹ ਮਚਿਓਰ ਹੁੰਦੇ, ਮਤਲਬ ਸਾਡੇ ਜਿਹੜੇ ਪਰਿਵਾਰਾਂ ਨੂੰ ਪਤਾ ਨਹੀਂ ਹੈ ਕਿ ਕਿਸ ਲੈਵਲ 'ਤੇ ਜਾ ਕੇ ਅਸੀਂ ਅਪਰੋਚ ਕਰਨੀ ਆ ਜਿਹੜਾ ਅਥਾਰਟੀਜ਼ ਨੇ, ਪੁਲਿਸ ਲਾ ਲਓ ਜਾਂ ਕਿਸੇ ਨੂੰ ਜੀ ਜੀ। ਹੁਣ ਇਹ ਇੰਡੀਕੇਟ ਕਰਦਾ, ਇਹ ਡਾਟਾ ਮੈਂ ਇਸ ਲਈ ਦੱਸ ਰਿਹਾ, ਇੰਡੀਕੇਟ ਕਰਦਾ ਕਿ 80% ਘਰਾਂ ਦੇ ਵਿੱਚ ਕਿਤੇ ਨਾ ਕਿਤੇ ਥੋੜ੍ਹੀ ਜਿਹੀ ਅੱਗ ਬਲ ਰਹੀ ਆ ਜਿਹੜੀ ਲੀਡ ਕਰਦੀ ਹੈ ਇਸ ਪਾਸੇ ਜੀ। ਬਹੁਤ ਕਲੋਜ਼ ਫੈਮਿਲੀ ਦੇ ਵਿੱਚ ਇੱਦਾਂ ਦਾ ਇੰਸੀਡੈਂਟ ਹੋਇਆ ਜਿਹਦੇ ਵਿੱਚ ਸਿੰਗਲ ਮੋਮ ਦਾ ਪੂਰਾ ਕਨਸੈਪਟ ਇੱਕ ਇਹੋ ਜਿਹੀ ਬੱਚੀ ਦੀ ਜਿਹਦੇ ਵਿੱਚ ਪਤਾ ਗਿਆ ਜਿਸ ਦੇ ਹਸਬੈਂਡ ਨੇ ਉਸਦੇ ਨਾਲ ਵਿਆਹ ਹੀ ਇਸ ਲਈ ਕਰਵਾਇਆ ਸੀਗਾ ਕਿ ਉਹ ਇੰਡੀਆ ਤੋਂ ਉਸਨੂੰ ਲੈ ਕੇ ਨਹੀਂ ਆਊਗਾ, ਕਿ ਇੱਕ ਬੱਚਾ ਉਸਦੀ ਕੁੱਖੋਂ ਜਨਮ ਦੇ ਕੇ ਉਹਨੂੰ ਇੰਡੀਆ ਦੇ ਵਿੱਚ ਰੱਖੂਗਾ ਤਾਂ ਜੋ ਉਹ ਬੱਚਾ ਵੱਡਾ ਹੋ ਕੇ ਉਹਦੇ ਮਾਂ ਪਿਓ ਨੂੰ ਜਾਂ ਉਹਦੀ ਜਿਹੜੀ ਉੱਥੇ ਵਾਲੀ ਵਾਈਫ ਹੈ ਇੰਡੀਆ ਵਾਲੀ ਉੱਥੇ ਉਹਦੀ ਟੇਕ ਕੇਅਰ ਕਰਦੀ ਰਹੂ, ਅਤੇ ਇੱਥੇ ਇੱਕ ਨਾਲ ਹੋਰ ਰਿਹਾ ਸੀਗਾ ਅਤੇ ਉਹਦੇ ਨਾਲ ਬੱਚੇ ਪੈਦਾ ਕਰ ਰਿਹਾ ਸੀ। ਇਹ ਕੇਸ ਵੀ ਬਹੁਤ ਨੇ, ਸਾਰੇ ਨੇ ਜੀ, ਇੱਥੇ ਵੀ ਨੇ। ਉਹ ਜਦੋਂ ਇੱਦਾਂ ਦੇ ਟਰੋਮੇ ਵੀ ਜਾਂਦਾ ਹੁੰਦਾ ਇੱਦਾਂ ਦੇ ਫੀਮੇਲ ਜਿਹੜਾ ਜਿਹੜੀ ਔਰਤ ਆ, ਜਦੋਂ ਚਾਹੇ ਪਾਣੀ ਦੇ ਮਹੱਲਾ ਸ਼ਬਦ ਦੀ ਵਰਤੋਂ ਕਰ ਲਈਏ, ਇਹ ਸੈਂਸਿਟਿਵ ਕੀ ਆ ਜਿਹੜੀ ਨਾ ਇੱਕ ਸੈਂਸ ਜਿਹੜੀ ਇੱਕ ਕਹਿ ਲਈਏ ਕਿ ਮਹਿਸੂਸ ਕਰਨ ਦੀ ਸਿਕਸ ਸੈਂਸ ਦੀ ਗੱਲ ਕਰ ਲਈਏ, ਉਹ ਔਰਤ ਦੇ ਨਾਲ ਜੁੜੀ ਜਾਂਦੀ ਆ। ਤਾਂ ਜਦੋਂ ਔਰਤ ਇਹੋ ਜਿਹੇ ਹਾਲਾਤ ਵਿੱਚ ਦੀ ਜਾਂਦੀ ਆ ਤਾਂ ਉਹ ਫੀਲ ਉਹਨੂੰ ਬਹੁਤ ਪੂਰੀ ਇੰਟਾਇਰ ਲਾਈਫ ਨੈਕਸਟ ਜਨਰੇਸ਼ਨ ਤੱਕ ਉਹ ਚੀਜ਼ਾਂ ਜਾਂਦੀਆਂ। ਅਸੀਂ ਲੇਡੀ ਗੱਲ, ਚਲੋ ਅਗਲ ਮੋਮ ਦੀ ਗੱਲ ਕਰਦੇ, ਉਹ ਪਹਿਲਾਂ ਇੱਕ ਹੋਰ ਸਾਨੂੰ ਫੋਨ ਆਉਂਦੇ ਨੇ ਇੱਥੇ, ਸਾਨੂੰ ਫੋਨ ਕਰਕੇ ਕਹਿੰਦੇ ਨੇ ਲੋਕ ਵੀ ਰੱਖੋ ਸਾਡੇ ਅਮੈਰੀਕਾ ਗੱਲ ਜੇ ਕਰੀਏ, ਅਤੇ ਲੇਡੀਜ਼ ਤਾਂ ਚਲੋ ਇਹ ਸਿੰਗਲ ਹੋ ਗਈਆਂ, ਮੋਮ ਹੋ ਗਈਆਂ, ਇੱਕ ਬਜ਼ੁਰਗ ਔਰਤਾਂ ਦੀ ਆਪਣੀ ਸਮੱਸਿਆ ਸੀ, ਆਪਾਂ ਲੇਡੀ ਦੀ ਗੱਲ ਕਰਦੇ ਹਾਂ ਤਾਂ ਉਹ ਕਹਿੰਦੇ ਵੀ ਸਾਡੇ ਹਸਬੈਂਡ ਦੀ ਡੈਥ ਹੋਈ ਹੈ ਅਤੇ ਜਿਹੜੇ ਸਾਡੇ ਮੇਰੇ ਬੱਚੇ ਨੇ ਜਿਹਨਾਂ ਕੋਲ ਅਸੀਂ ਰਹਿੰਦੇ ਹਾਂ,
ਤੇ ਉਹ ਮਤਲਬ ਗੁਰਦੁਆਰੇ ਵੀ ਅਸੀਂ ਜਾਣਾ ਤੇ ਸਾਨੂੰ ਟੁੱਟੇ ਪੈਸੇ ਦਿੰਦੇ ਨੇ ਭਾਣ ਚ ਜਿਹੜੀ ਕੁਆਇਨ ਹੁੰਦੇ ਨੇ ਵੀ ਤੁਸੀਂ ਇੰਨਾ ਮੱਥਾ ਟੇਕੋ ਵੀ ਸਾਨੂੰ ਇੰਨਾ ਬੁਰਾ ਹਾਲ ਕਰਦਾ ਕਰਦੇ ਹੈਗੇ ਤੇ ਮੈਂ ਕਿਹਾ ਵੀ ਤੁਸੀਂ ਪੁਲਿਸ ਨੂੰ ਕਿਉਂ ਨਹੀਂ ਕਹਿੰਦੇ ਉਹ ਕਹਿੰਦੇ ਸਾਨੂੰ ਡਰ ਆ ਸਾਨੂੰ ਕੁੱਟਣਗੇ ਮਾਰਨਗੇ ਫਿਰ ਇਹ ਮਤਲਬ ਇਹ ਪੰਜਾਬੀਆਂ ਦੀਆਂ ਗੱਲਾਂ ਨੇ ਹਾਂ ਪੰਜਾਬੀਆਂ ਦੇ ਤੁਸੀਂ ਇੱਥੇ ਪੰਜਵੀਂ ਜਨਰੇਸ਼ਨ ਆ ਯੂਐਸ ਵਿੱਚ ਕੈਨੇਡਾ ਦੇ ਵਿੱਚ ਅਸੀਂ ਅਜੇ ਤੱਕ ਈਵਨ ਬਿਕੋਜ਼ ਮੈਂ ਇੱਥੇ ਰਹਿਣ ਦਾ ਐਕਸਪੀਰੀਅੰਸ ਆ ਤੇ ਆਸਟ੍ਰੇਲੀਆ ਦੇ ਵਿੱਚ ਮੈਂ ਕਰਾਚੀ ਰਹਿ ਰਿਹਾ ਪਿਛਲੇ ਕੁਝ ਦਿਨ ਪਹਿਲਾਂ ਵੀ ਮੈਂ ਕਿਸੇ ਲੋਕਲ ਚੈਨਲ ਦੇ ਉੱਪਰ ਗੱਲ ਕਰ ਰਿਹਾ ਸੀਗਾ ਅਸੀਂ ਇਸ ਚੀਜ਼ 'ਚ ਫੇਲ ਹੋਇਆ ਭਾਜੀ ਕਿ ਅਸੀਂ ਨਾ ਆਪਣਾ ਫਰੇਮਵਰਕ ਬਣਾ ਕੇ ਨਹੀਂ ਸਕੇ ਲੋਕਲ ਗਵਰਨਮੈਂਟ ਨੂੰ ਸਾਡੇ ਕਲਚਰ ਨੂੰ ਜੇ ਤੁਸੀਂ ਦੇਖਣਾ ਤਾਂ ਇਹਨਾਂ ਇਸ ਆਈਨੇ ਦੇ ਨਾਲ ਦੇਖੋ ਜਦੋਂ ਅਸੀਂ ਕਹਿਣਾਗੇ ਉਹ ਇਹ ਕਹਿੰਦੇ ਆ ਤਾਂ ਅਸੀਂ ਅਗਰੈਸਿਵ ਉਸ ਲੈਵਲ ਨਹੀਂ ਹੈ ਹੋ ਸਕਦਾ ਅਸੀਂ ਪਿਆਰ ਦੀ ਫੀਲ ਦੇ ਰਹੇ ਹੋਈਏ ਤਾਂ ਉਹ ਚੀਜ਼ਾਂ ਕਿਉਂਕਿ ਜਦੋਂ ਉਹ ਆਪਣੇ ਫਰੇਮ ਦੇ ਵਿੱਚ ਆਪਣੇ ਲਾਅ ਦੇ ਫਰੇਮ ਦੇ ਬਾਕੀ ਚੀਜ਼ਾਂ ਨੂੰ ਦੇਖਦੇ ਨੇ ਤਾਂ ਉੱਥੇ ਰਿਜ਼ਲਟ ਹੋਰ ਆ ਜਾਂਦਾ ਉਹਨਾਂ ਦੀ ਕੈਲਕੂਲੇਸ਼ਨ ਉਸ ਹਿਸਾਬ ਨਾਲ ਸੈੱਟ ਕੀਤੀਆਂ ਹੋਣ ਭਾਵੇਂ ਉਹ ਆਪਣੇ ਪੱਧਰ ਤੇ ਬਹੁਤ ਕੁਝ ਕਰਨ ਲੱਗੇ ਹੋਏ ਨੇ ਇਹ ਜਦੋਂ ਤੁਸੀਂ ਕਹਿੰਦੇ ਹੋਗੇ ਕਿ ਉਹ ਕਾਲ ਕਰਨ ਪੁਲਿਸ ਨੂੰ ਤਾਂ ਅਗਲਿਆਂ ਨੂੰ ਉਹ ਪੂਰਾ ਸਿਨੈਰੀਓ ਚ ਹੋ ਜਾਂਦਾ ਕਿਉਂਕਿ ਆਊਟਪੁੱਟ ਤੇ ਵਧੀਆ ਆਈ ਮੇਰੇ ਖਿਆਲ ਦੇ ਵਿੱਚ ਉਹ ਡਰ ਵੀ ਕੈਰੀ ਕਰਦੀਆਂ ਨੇ ਜਿਹੜੀਆਂ ਫੀਮੇਲਸ ਨੇਗੀਆਂ ਜਾਂ ਉਹ ਸਿੰਗਲ ਮਾਮਸ ਨੇਗੀਆਂ ਉਹ ਸਮਾਜ ਜਿਹੜਾ ਸਾਡਾ ਇੱਕ ਉਹ ਵੀ ਆਪਣੀ ਜਗ੍ਹਾ ਹਾਂ ਅਸੀਂ ਮੇਲਸ ਦੀ ਵੀ ਗੱਲ ਕਰਾਂਗੇ ਮੁੰਡਿਆਂ ਦੀ ਵੀ ਗੱਲ ਕਰਾਂਗੇ ਕਿਸ ਦਿਨ ਇਹ ਕੇਸ ਦੋਨੋਂ ਪਾਸੇ ਹੀ ਆ ਸਾਡੇ ਇੱਥੇ ਇੱਕ ਕੇਸ ਹੋਇਆ ਇੰਡੀਆ ਗਏ 70-75 ਲੱਖ ਰੁਪਈਆ ਵਿਆਹ ਤੇ ਲਾ ਕੇ ਆਏ ਠੀਕ ਹੈ ਕੁੜੀ ਇੱਧਰ ਆ ਗਈ ਇਹਦਾ ਵਿਆਹ ਕਰਕੇ ਆਏ ਉੱਥੇ ਚੰਗੇ ਕਲਾਕਾਰ ਵੀ ਵਾਹਵਾ ਬੁਲਾਏ ਅਤੇ 70-75 ਲੱਖ ਰੁਪਈਆ ਕਿਤੇ ਲੱਗ ਗਿਆ ਅਤੇ ਆ ਕੇ ਇੱਥੇ ਸਾਲ ਇੱਕ ਨਹੀਂ ਪਿਆ 8-9 ਮਹੀਨਿਆਂ ਬਾਅਦ ਹੀ ਉਹਨਾਂ ਦਾ ਉਹ ਤਲਾਕ ਹੋ ਗਿਆ ਉਹ ਵੀ ਸਟੋਰੀ ਐਸੀ ਸੀ ਕਿ ਨਾਮ ਜਿਹੜੇ ਸੀ ਬਿਜ਼ਨਸ ਸੀਗੇ ਉਹ ਮੁੰਡੇ ਦੇ ਪਿਓ ਨੇ ਮੁੰਡੇ ਦੇ ਨਾਂ ਕਰ ਗਿਆ ਸੀ ਕਰਨੇ ਉਹਨੂੰ ਪਤਾ ਲੱਗਿਆ ਮੁੰਡੇ ਨਾਲ ਹੋਇਆ ਤਾਂ ਉਹਨੂੰ ਇਹ ਹੋ ਗਿਆ ਵੀ ਹੋ ਗਿਆ ਮੁੰਡੇ ਦੇ ਨਾਂ ਅਤੇ ਫਿਰ ਮੈਂ ਤਲਾਕ ਲੂੰ ਉਹ ਹਾਲੇ ਹੋਏ ਨਹੀਂ ਸੀ ਰਕਵਾ ਜਦੋਂ ਇੱਕ ਪਈ ਮਤਲਬ ਜਦੋਂ ਸੁਣਦੇ ਹਾਂ ਗੱਲਾਂ ਮੁੰਡੇ ਨੂੰ ਮੈਂ ਮਿਲਿਆ ਉਹਨੂੰ ਮੈਂ ਕਿਹਾ ਵੀ ਉਹ ਕਹਿੰਦਾ ਵੀ ਭਾਅ ਜੀ ਹੁਣ ਕੀ ਦੱਸੀਏ ਮਤਲਬ ਆਵਾ ਹੀ ਉੱਤਿਆ ਪਿਆ ਇੰਨਾ ਬੁਰਾ ਹਾਲ ਹੈ ਔਰ ਇਸ ਚੀਜ਼ ਨੇ ਵਿਸ਼ਵਾਸ ਖਤਮ ਕਰਕੇ ਰੱਖਤਾ ਇੱਧਰੋਂ ਕੋਈ ਹੁਣ ਕੁੜੀ ਜੇ ਕੋਈ ਗੱਲ ਕਰਦੀ ਹੈ ਨਾ ਵਿਆਹ ਕਰਾਉਣ ਦੀ ਨਾ ਕਹਿੰਦੀ ਮੈਂ ਭੁੱਲ ਕੇ ਇੰਡੀਆ ਵੀ ਵਿਆਹ ਕਰਾਉਂਦੀ ਮੈਂ ਕਿਸੇ ਗੋਰੇ ਨਾਲ ਕਰਾ ਲੂੰ ਜੀ ਪੰਜਾਬੀ ਨਾਲ ਵਿਆਹ ਨਹੀਂ ਕਰਾਉਣਾ ਮੁੰਡੇ ਇਹੋ ਜਿਹੇ ਨੇ ਇਹੋ ਕੇਸ ਹੋਏ ਨੇ ਇੱਕ ਨਿਊਯਾਰਕ ਸਾਡੇ ਕੁੜੀ ਇੰਡੀਆ ਤੋਂ ਚੜ੍ਹ ਗਈ ਅਤੇ ਉਹ ਨਿਊਯਾਰਕ ਏਅਰਪੋਰਟ 'ਤੇ ਖੜ੍ਹੇ ਅਤੇ ਉਹ ਪਤਾ ਇੱਥੇ ਆ ਮੁੰਡੇ ਦੀ 45-45 ਸਾਲ ਦੀ ਉਮਰ 'ਚ ਵਿਆਹ ਹੋਇਆ ਸੀ ਉਹ ਕਹਿੰਦਾ ਮੈਂ ਤਾਂ ਕਰਾਉਣੀ ਇਕੱਲਾ ਮੁੰਡਾ ਪ੍ਰੋਪਰਟੀ ਬਹੁਤ 8-9 ਕਰੋੜ ਦੀ ਦਿੱਲੀ ਆ ਉਹ ਕਹਿੰਦਾ ਦਾਨ ਦੂਨ ਕਰ ਦਿਓ ਮੈਨੂੰ ਤਾਂ ਨਹੀਂ ਚਾਹੀਦੀ ਮਤਲਬ ਇਹ ਹਾਲ ਸਾਡੇ ਪੰਜਾਬੀਆਂ ਦੇ ਜੀ ਆਪਾਂ ਬ੍ਰੇਕ ਲੈਣੀ ਪੈਣੀ ਆਪਾਂ ਰਾਵੀ ਸਾਹਿਬ ਜੀ ਬ੍ਰੇਕ ਇਹਦੇ ਕਾਰਨ ਲੱਭਣ ਦੀ ਕੋਸ਼ਿਸ਼ ਕਰਾਂਗੇ ਅਤੇ ਫਿਰ ਸਾਡੇ ਦਰਸ਼ਕ ਜਿਹੜੇ ਆ ਹੱਲ ਵੀ ਲੱਭਣਗੇ ਅਤੇ ਨਾਲ ਦੀ ਨਾਲ ਇੱਕ ਬ੍ਰੇਕ ਕਾਫੀ ਅੱਗੇ ਲੰਘ ਗਈ ਕਿਉਂਕਿ ਗੱਲਾਂ ਦੇ ਵਿੱਚ ਪਤਾ ਹੀ ਨਹੀਂ ਲੱਗਿਆ ਸੋ ਜਿਹੜੇ ਸਾਡੇ ਦਰਸ਼ਕ ਹੈ ਜੀ ਉਹ ਇਸੇ ਤਰ੍ਹਾਂ ਨਾਲ ਜੁੜੇ ਰਹੋ ਰੌਬੀ ਬੈਨੀਪਾਲ ਸਾਹਿਬ ਵਧੀਆ ਗੱਲਾਂ ਕਰ ਰਹੇ ਨੇ ਤੁਸੀਂ ਵੀ ਕਾਲ ਕਰਕੇ ਵਿੱਚ ਸ਼ਾਮਿਲ ਹੋ ਸਕਦੇ ਹੋ ਮੁੱਖ ਦੀ ਗੱਲ ਤਾਂ ਇਹ ਹੈ ਜੀ ਵੀ ਕਾਰਨ ਕੀ ਨੇ ਅਤੇ ਹੱਲ ਕੀ ਹੈ ਦੋ ਹੀ ਗੱਲਾਂ ਨੇ ਔਰ ਇਹ ਕੇਸ ਵੱਧ ਰਹੇ ਨੇ ਚਿੰਤਾ ਦਾ ਵਿਸ਼ਾ ਇਹ ਹੈ ਕਿ ਬਹੁਤ ਜ਼ਿਆਦਾ ਵੱਧ ਰਹੇ ਨੇ ਇੱਕ ਬ੍ਰੇਕ ਲੈਂਦੇ ਹਾਂ ਜੀ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੋਵਾਂਗੇ ਦੇਖਦੇ ਰਹੋ ਜਸ ਪੰਜਾਬੀ ਹਾਜ਼ਰ ਹੈ ਜੀ ਇੱਕ ਵਾਰ ਫਿਰ ਮੈਂ ਜਗਤਾਰ ਸਿੰਘ ਜੱਗੀ ਪ੍ਰੋਗਰਾਮ ਚੱਲ ਰਿਹਾ ਔਰ ਗੱਲ ਅੱਜ ਸਿੰਗਲ ਮੋਮ ਦੀ ਚੱਲ ਰਹੀ ਅਸੀਂ ਆਮ ਤੌਰ 'ਤੇ ਜਦੋਂ ਅੱਜ ਦਿਨ ਪ੍ਰੋਗਰਾਮ ਕਰੀਦਾ ਥੋੜ੍ਹਾ ਐਂਟਰਟੇਨਮੈਂਟ ਦਾ ਰੱਖੀਦਾ ਪਤੀ ਪਤਨੀ ਦੀ ਗੱਲ ਕਰੀਦੀ ਹੈ ਉਹਦੇ ਜੋਕਸ ਵਗੈਰਾ ਜੋ ਹੁੰਦੇ ਨੇ ਉਹ ਸਾਰਾ ਕੁਛ ਇੱਦਾਂ ਸਾਂਝੇ ਕਰੀਦੇ ਨੇ ਪਰ ਹੁਣ ਅਸੀਂ ਇਹੋ ਜਿਹੇ ਇਸ਼ੂ ਵੀ ਚੱਕਿਆ ਕਰਾਂਗੇ ਇਹੋ ਜਿਹੇ ਇਸ਼ੂ ਜਿਹੜੇ ਨੇ ਇਹੋ ਜਿਹੇ ਪ੍ਰੋਬਲਮ ਜਿਹੜੀਆਂ ਉਹ ਵੀ ਸਾਂਝੀਆਂ ਕਰਿਆ ਕਰਾਂਗੇ ਇੱਕ ਬਹੁਤ ਵੱਡੀ ਪ੍ਰੋਬਲਮ ਜਿਹੜੀ ਕਿ ਕਾਫੀ ਹੱਦ ਤੱਕ ਸ਼ੁਰੂ ਹੋ ਚੁੱਕੀ ਹੈ ਅਤੇ ਨਾਲ ਦੀ ਨਾਲ ਆਉਣ ਵਾਲੇ ਸਮੇਂ 'ਚ ਇਹ ਵੱਧਦੀ ਜਾਂਦੀ ਹੈ ਰੌਬੀ ਬੈਨੀਪਾਲ ਸਾਹਿਬ ਸਾਡੇ ਨਾਲ ਜੁੜਨਗੇ ਇਸ ਸੈਗਮੈਂਟ ਤੱਕ ਅਗਲੇ ਸੈਗਮੈਂਟ ਤੋਂ ਅਸੀਂ ਤੁਹਾਡੀਆਂ ਕਾਲਾਂ ਜਿਹੜੀਆਂ ਉਹ ਲੈਣੀਆਂ ਸ਼ੁਰੂ ਕਰ ਦੇਵਾਂਗੇ ਜੀ ਰੌਬੀ ਜੀ ਜੀ ਅੱਛਾ ਅਸੀਂ ਚਾਹੀਦਾ ਇਹੋ ਜਿਹੀ ਗੱਲਬਾਤ ਮਤਲਬ ਦੇ ਰਹਿਣਾ ਚਾਹੀਦਾ ਤਾਂ ਕਿ ਅਵੇਅਰ ਕੁਛ ਨਾ ਕੁਛ ਤਾਂ ਪੱਲੇ ਪਿਆ ਸਾਡੇ ਦਰਸ਼ਕ ਕਹਾਣੀਆਂ ਬੜੀਆਂ ਹੋਈਆਂ ਨੇ ਕਈ ਵਾਰੀ ਦੇਖਦਾ ਇੱਕ ਤੇ ਆਲੇ ਬਹੁਤ ਸਾਰੀਆਂ ਕਹਾਣੀਆਂ ਦਾ ਤਾਣਾ ਬਣਾਗਾ ਇੱਕ ਜਿਵੇਂ ਤੁਸੀਂ ਦੱਸਿਆ ਵੀ ਪੀ ਆਰ ਦਾ ਰੌਲਾ ਇੱਥੇ ਗ੍ਰੀਨ ਕਾਰਡ ਦਾ ਕਿਰਾ ਦੇ ਵਿੱਚ ਦਰਸ਼ਕ ਦੇ ਵਿੱਚ ਪੀ ਆਰ ਰੌਲਾ ਹੈਗਾ ਹਾਂਜੀ ਕੈਨੇਡਾ 'ਚ ਬੜੇ ਸੁਣਦੇ ਨੇ ਇਹੋ ਜਿਹੇ ਪੀ ਆਰ ਦੇ ਤੱਕ ਸੀ ਨੇ ਗੱਲਾਂ ਬਾਤਾਂ ਜੀ ਅਤੇ ਅਸੀਂ ਹੁਣ ਚਲੋ ਗੱਲ ਕਰੀਏ ਅਤੇ ਕੀ ਸਮੱਸਿਆਵਾਂ ਮੇਰੇ ਖਿਆਲ ਤਾਂ ਬਹੁਤ ਹੁੰਦੀਆਂ ਹੋਣਗੀਆਂ ਸਿੰਗਲ ਮੋਮ ਨੂੰ ਜਿਵੇਂ ਕਿ ਜਿੰਨਾ ਕੁ ਮੈਂ ਸੁਣਿਆ ਜਿੰਨਾ ਕੁ ਮੈਂ ਮਿਲਿਆ ਹੈਗਾ ਲੋਕਾਂ ਨੂੰ ਅਤੇ ਉਹਨਾਂ ਨੂੰ ਜਿਵੇਂ ਦੱਸਿਆ ਉਹਨਾਂ ਨੇ ਕਿ ਸਾਨੂੰ ਹੋਰ ਨਜ਼ਰ ਵਾਲੀ ਦੇਖਦੇ ਨੇ ਖਾਸ ਤੌਰ 'ਤੇ ਹਸਬੈਂਡ ਵਾਈਫ ਜੀ ਹੁੰਦੇ ਨੇ ਤਾਂ ਉਹਨਾਂ ਦੀਆਂ ਵਾਈਫ ਵੀ ਹੈਗੀਆਂ ਨੇ ਵੀ ਜੇ ਉਹ ਅਸੀਂ ਵੈਸੇ ਫਿਰ ਦੇ ਤੌਰ 'ਤੇ ਵੀ ਹੱਸ ਕੇ ਗੱਲ ਲੈਂਦੇ ਹਾਂ ਤਾਂ ਉਹਨਾਂ ਨੂੰ ਐਂ ਲੈ ਵੀ ਤਾਂ ਹੁਣ ਮੇਰੇ ਨਾਲ ਨੂੰ ਪੱਟ ਲੈ ਜੂਗੀ ਅਤੇ ਕੀ ਗੱਲ ਇਹਨਾਂ ਲੱਗਦਾ ਤੂੰ ਕਾਰਨ ਪਹਿਲਾਂ ਕੀ ਦਿੰਦੇ ਨੇ ਪਹਿਲਾਂ ਅਸੀਂ ਆਵੇਂ ਵੀ ਇਸ ਤਰ੍ਹਾਂ ਦੇ ਨੌਬਤ ਆਉਂਦੀ ਹੈ ਬਹੁਤ ਜ਼ਿਆਦਾ ਕਿਸ ਵੱਧ ਰਹੇ ਨੇ ਸਿੰਗਲ ਮੋਮ ਵਾਲੇ ਬੇਬੀ ਹੋਇਆ ਉਸ ਬਾਅਦ ਘਰ ਵਾਲਾ ਛੱਡ ਜਾਂਦਾ ਉਹਦੇ ਕਾਰਨ ਲੱਭੀਏ ਪਹਿਲਾਂ ਆਪਾਂ ਬਾਕੀ ਦਰਸ਼ਕਾਂ ਦੀਆਂ ਗੱਲਾਂ ਵੀ ਲਵਾਂਗੇ ਜੀ ਦੋ ਤਰ੍ਹਾਂ ਦੇ ਇਹਨੂੰ ਜਿਹੜੇ ਸੈਕਟਰ ਦੇ ਵਿੱਚ ਵੰਡ ਸਕਦੇ ਆ ਸੈਕਟਰ ਦੇ ਵਿੱਚ ਇੱਕ ਤਾਂ ਹੈ ਕਿ ਜਿਹੜਾ ਬੰਦਾ ਚੀਰਾ ਪਹਿਲਾਂ ਹੀ ਤੁਸੀਂ ਡਿਸਕਸ ਕਰ ਚੁੱਕੇ ਹੋ ਇੰਡੀਆ ਤੋਂ ਆਇਆ ਜਾਂ ਇੱਥੇ ਪੀਆਰ ਲੈਣ ਵਾਸਤੇ ਵਿਆਹ ਆਇਆ ਉਦੋਂ ਮੁੜ ਸਟੈਪ ਉਹ ਤਾਂ ਕੋਈ ਉਹਦਾ ਕੁਛ ਤਾਂ ਕਰ
एक ये है कि कई बार तुम इनोसेंट होंगे हो बोथ साइड्स तुम रिलेशनशिप के आ जाने हो चाहे वो पेरेंट्स वालों ब्याह करवा गया चाहे तुम खुद कराया वट एवर जो तुम इकट्ठे रहन लग गए तो एक शादी के बंधन च बन तो बाद इंसान की एक इंसान की अलग अलग जरूरत ने इमोशनल वेलबींग असी एक दो गल सकते हैं हो सकता वो थोड़ा पार्टनर ना बन सकता हो एक जी पेरेंट कर सकते हो या बच्चे कर सकते हो अलग अलग जो थोड़ी इमोशनल वेलबिंग के सैक्शन ने बॉडी के इमोशनल जी लाइफ हैगी मैंटल हैल्थ हाँ उस मैंटल हैल्थ में कई बार की होंगे कि पार्टनर चाहे मेल चाहे फीमेल कहता कि हम सारी चीजा मेरे च ही पूरी करो तू बाहर ना जा तू मतलब किसी नाल गल नहीं करता फीमेल सोचोगे तू फला फीमेल नाल नहीं गल करता मेल सोचो फलाने उहदे नाल मेल नहीं ਜੇ ਕੰਟਰੋਲਿੰਗ ਦੀ ਜਿਹੜੀ ਸਾਡੀ ਨੇਚਰ ਹੈ ਨਾ ਸਮਾਜ ਦੇ ਚ ਬਿਲਕੁਲ ਹਾਂ ਇੱਕ ਬਹੁਤ ਵੱਡਾ ਕਾਰਨ ਇੱਕ ਸਾਡੇ ਪੰਜਾਬੀ ਅਸੀਂ ਇਸ ਗੱਲ ਨਿਕਲ ਹੀ ਨਹੀਂ ਸਕੇ ਵੀ ਜੇ ਕੋਈ ਮੇਲ ਫੀਮੇਲ ਦੋਸਤ ਹੀ ਹੋ ਸਕਦੀ ਹੈ ਕੋਈ ਜ਼ਰੂਰੀ ਨਹੀਂ ਗਲਤ ਰਿਲੇਸ਼ਨ ਹੋਵੇ ਔਰ ਮੇਰੇ ਖਿਆਲ ਕੋਈ ਮੇਰੇ ਖਿਆਲ 99% ਲੋਕ ਜਿਹੜੇ ਚੀਜ਼ ਇਹੀ ਹੁੰਦਾ ਚਾਹੇ ਹਸਬੈਂਡ ਆ ਚਾਹੇ ਵਾਈਫ ਹੈ ਵੀ ਨਹੀਂ ਇਹ ਤਾਂ ਇਹਨਾਂ ਰਿਲੇਸ਼ਨ ਗਲਤ ਰਿਲੇਸ਼ਨ ਇਹਨਾਂ ਦੇ ਗਲਤ ਰਿਲੇਸ਼ਨ ਇਹ ਚੀਜ਼ ਤੋਂ ਹੀ ਸਾਨੂੰ ਦੀ ਲੋੜ ਹੈ ਬਹੁਤ ਅਸੀਂ ਮਤਲਬ ਵੀ ਅਸੀਂ ਕੁਛ ਦਿਨ ਪਹਿਲਾਂ ਕਰ ਰਹੇ ਸੀ ਇੱਕ ਫਰੈਂਡ ਨਾਲ ਬਹੁਤ ਪੁੱਲੀ ਕਿ ਇਕਨੋਮਿਕਲੀ ਤੇ ਪ੍ਰੋਫੈਸ਼ਨਲੀ ਗਰੋ ਬਹੁਤ ਸਪੀਡ ਨਾਲ ਹੋ ਰਿਹਾ ਪੂਰੀ ਦੁਨੀਆ ਵਿੱਚ ਅਸੀਂ ਸੱਚਲੀ ਗਰੋ ਨਹੀਂ ਹੋਏ ਅਸੀਂ ਇਹਨਾਂ ਸੈਕਟਰ ਵਿੱਚ ਜਿਹੜੇ ਜਿਹੜੇ ਦੂਜੀ ਕਮਿਊਨਿਟੀ ਦੇ ਵਿੱਚ ਕਾਫੀ ਸਟਰੋਂਗ ਨੇ ਅਸੀਂ ਉਹਦੇ ਵਿੱਚ ਕੰਮ ਹੀ ਨਹੀਂ ਕਰ ਰਹੇ ਅਸੀਂ ਉਹਦੇ 'ਤੇ ਧਿਆਨ ਹੀ ਨਹੀਂ ਦੇ ਰਹੇ ਕਿ ਉੱਥੇ ਕਿੱਥੇ ਗਰੋ ਹੋਣਾ ਇਹ ਕਾਰਨ ਹੈ ਜੀ ਵੱਡਾ ਕਾਰਨ ਆ ਕਿ ਅਸੀਂ ਫਾੜ ਕਿੱਦਾਂ ਹੁੰਦੀ ਆ ਪ੍ਰਭਾਵ ਜਦੋਂ ਇਹਦਾ ਇੰਸੀਡੈਂਟ ਹੁੰਦਾ ਜੀ ਉਦੋਂ ਜਿਹੜੀ ਈਮੇਲ ਆ ਉਹ ਇੱਕ ਬਹੁਤ ਵੱਡਾ ਵਜ਼ਨ ਜਿਹੜੀ ਇੰਡੀਅਨ ਜਿਹੜਾ ਭਾਰਤੀ ਡਰ ਉਹ ਪੂਰੀ ਐਨਰਜੀ ਆਪਣੇ ਬੱਚਿਆਂ ਨੂੰ ਜਦੋਂ ਮੋਮ ਦਾ ਨਾਮ ਲੈਂਦੇ ਬੱਚਿਆਂ ਨੂੰ ਡਿਵੈਲਪ ਕਰਨ ਲਾ ਹੀ ਨਹੀਂ ਸਕਦੀ ਕਿਉਂਕਿ ਉਹਦਾ ਦਿਮਾਗ ਦਾ ਅੱਧਾ ਹਿੱਸਾ ਉਹਨੂੰ ਡਰ ਦੇ ਵਿੱਚ ਜਲੀ ਮਜਬੂਰ ਕਰਦਾ ਸੋ ਜਦੋਂ ਗੋਰਿਆਂ ਦੀ ਗੱਲ ਕਰਦੇ ਹਾਂਗੇ ਮੈਂ ਗੋਰੇ ਮਤਲਬ ਜਿਹੜੇ ਕਮਿਊਨਿਟੀਜ਼ ਦੇ ਲੋਕ ਨੇਗੇ ਮੇਰੇ ਕਲੋਜ਼ ਜਿਹੜੇ ਇੰਸੀਡੈਂਟ ਮੈਂ ਦੇਖੇ ਸਾਡੇ ਪੰਡੀ ਨੇਗੇ ਉਹ ਲੋਕਲ ਆਸਟ੍ਰੇਲੀਅਨ ਨੇਗੇ ਦੋ ਬੱਚੇ ਸਿੰਗਲ ਮਾਂ ਗਈ ਉਹਦਾ ਹਸਬੈਂਡ ਦਾ ਉਸਨੂੰ ਦੋ ਦਿਨ ਲੈ ਕੇ ਜਾਂਦਾ ਬੱਚਿਆਂ ਨੂੰ ਬੈਠ ਕੇ ਚਾਹ ਕਾਫੀ ਵੀ ਪੀਂਦੇ ਉਸੇ ਘਰ ਦੇ ਵਿੱਚ ਤੇ ਉਸੇ ਉਹਦਾ ਬੋਏਫ੍ਰੈਂਡ ਵੀ ਆਉਂਦਾ ਉਹਨੇ ਵੀ ਆਪਣੀ ਜ਼ਿੰਦਗੀ ਆਪਦੇ ਤਰੀਕੇ ਨਾਲ ਉਹਨੇ ਵੀ ਆਪਣੀ ਗਰਲਫ੍ਰੈਂਡ ਹੈ ਉਹਦੇ ਕੋਲ ਆਪਣੀ ਚੱਲ ਰਹੀ ਆ ਪਰ ਉਹਨਾਂ ਨੇ ਬੱਚਿਆਂ ਦੀ ਜਿਹੜੀ ਜ਼ਿੰਦਗੀ ਆ ਉਸ ਦੇ ਵਿੱਚ ਹਾਂ ਇੱਕ ਉਹ ਚੀਜ਼ ਰੱਖੀ ਉਹਨਾਂ ਦੀ ਜ਼ਿੰਦਗੀ ਨਹੀਂ ਪਿਸ ਰਹੀ ਉਹਨਾਂ ਦੀ ਰਿਲੇਸ਼ਨਸ਼ਿਪ ਨਹੀਂ ਚੱਲ ਬੱਚਿਆਂ ਦੀ ਜ਼ਿੰਦਗੀ ਉਹਨਾਂ ਨੇ ਮੇਨਟੇਨ ਕਰਨ ਵਾਸਤੇ ਆਪਣੇ ਐਫਰਟ ਪਾਏ ਨੇ ਇਹ ਸਾਡੀ ਕਮਿਊਨਿਟੀ ਬਹੁਤ ਘੱਟ ਹੈ ਇਹ ਸਭ ਦੀ ਜ਼ਰੂਰਤ ਜੇ ਸਮਝ ਆਉਂਦੀ ਹੈ ਤਾਂ ਦੇ ਨਾਲ ਨੂੰ ਹੱਲ ਕੇ ਠੀਕ ਅਲੱਗ ਹੋ ਜਾਈਦਾ ਤੇ ਇਹ ਬਹੁਤ ਸਮੱਸਿਆ ਜੀ ਨੂੰ ਜਿਹੇ ਆਉਂਦੀ ਹੈਗੀ ਇੱਥੇ ਦੀ ਅਸੀਂ ਗੱਲ ਕਰੀਏ ਤਲਾਕ ਦੀ ਕਰੀਏ ਤਾਂ ਬਿਲ ਗੇਟਸ ਹੈਗੇ ਮੇਰਾ ਦੇ ਸਭ ਤੋਂ ਅਮੀਰ ਆਦਮੀਆਂ ਦੇ ਵਿੱਚ ਮਾਈਕਰੋਸਾਫਟ ਦਾ ਜਿਹੜਾ ਹੈੱਡ ਸੀ ਉਹਨਾਂ ਵਿਆਹ ਤੋਂ 27 ਸਾਲ ਲਿਆ ਡਾਇਵੋਰਸ ਤੋਂ ਕਹਿੰਦੇ ਨਹੀਂ ਤਾਂ ਠੀਕ ਹੈ ਸਾਡਾ ਨਹੀਂ ਹੁੰਦੀ ਉਹ ਆਪਣੀ ਮਰਜ਼ੀ ਮੇਰੀ ਆਪਣੀ ਮਰਜ਼ੀ ਹੈ ਇਹ ਚੀਜ਼ ਸਾਨੂੰ ਇੱਥੇ ਵੀ ਇੱਕ ਬਹੁਤ ਵੱਡੀ ਹੈਗੀ ਹੈ ਲੇਡੀਜ਼ ਖਾਸ ਤੌਰ 'ਤੇ ਕਿਉਂਕਿ ਲੇਡੀਜ਼ ਡਿਵੋਰਸ ਹੈ ਅਤੇ ਉਹਨੂੰ ਕੀ ਸਮੱਸਿਆ ਆਉਂਦੀਆਂ ਵਿਆਹ ਹੋਣ ਵਿੱਚ ਬੰਦਾ ਡਿਵੋਰਸ ਦਾ ਤਾਂ ਸਮੱਸਿਆ ਨਹੀਂ ਲੇਡੀਜ਼ ਅਗਰ ਵਿਡੋ ਉਹਨੂੰ ਬਹੁਤ ਸਮੱਸਿਆ ਆਉਂਦੀਆਂ ਵਿਆਹ 'ਚ ਬੰਦਾ ਬੰਦੇ ਦੀ ਫਰਾਈਆਂ ਡੈਥ ਹੋ ਗਈ ਉਹਨੂੰ ਕੋਈ ਜ਼ਿਆਦਾ ਸਮੱਸਿਆ ਨਹੀਂ ਹੈਗੀਆਂ ਸੋ ਇਹਦੇ ਵਾਸਤੇ ਵੀ ਸੋਚ ਜਿਹੜੀ ਹੈਗੀ ਆ ਗੱਲ ਬਿਲਕੁਲ ਸਹੀ ਹੈ ਸਾਨੂੰ ਅਸੀਂ ਸ਼ੁਰੂ ਹੀ ਸੋਚ ਬਦਲਣੀ ਹੈਗੀ ਬਾਕੀ ਕਮਿਊਨਿਟੀ ਦੇ ਵਿੱਚ ਸਿੰਗਲ ਮਾਮ ਹੋਣਗੇ ਲੇਕਿਨ ਉਹ ਇੰਨੀ ਪ੍ਰੋਬਲਮ ਨਹੀਂ ਉਹਨਾਂ ਨੂੰ ਜੀ ਇੱਕ ਚੀਜ਼ ਸਾਡੀ ਔਰਤਾਂ ਨੂੰ ਸੋਚਣੀ ਚਾਹੀਦੀ ਆ ਕਿ ਉਹਨੂੰ ਰੱਬ ਨੇ 70 ਤੋਂ ਲੈ 100 ਤੱਕ ਦੀ ਜ਼ਿੰਦਗੀ ਦਿੱਤੀ ਹੋਈ ਹੈ ਜੇ ਅਸੀਂ ਮਿਨੀਮਮ ਉਡੀਆਂ ਚੋ ਇਨਵਾਇਰਨਮੈਂਟਲ ਆਪਣੀ ਹੈਬਿਟਸ ਦੀ ਬਣਾ ਲਾ ਤੁਸੀਂ 7 ਸਾਲ ਤੱਕ ਵੀ ਜਿਓ ਤਾਂ ਉਹ ਵਿੱਚ ਜੇ 5 ਸਾਲ ਤੁਹਾਡੇ ਸੇ ਰਿਲੇਸ਼ਨਸ਼ਿਪ ਕਰਕੇ ਖਾ ਹੋਗੇ ਤਾਂ ਬਾਕੀ ਜ਼ਿੰਦਗੀ ਜਿਹੜੀ ਕੁਦਰਤ ਨੇ ਤੁਹਾਨੂੰ ਬਖਸ਼ ਵੀ ਆ ਤੁਹਾਡੇ ਕੋਲ ਉਸ ਦਾ ਰਿਕਸ ਨਹੀਂ ਹੈ ਉਸ ਨੂੰ ਡਿਸਟਰਬ ਕਰਨ ਦੇ ਬਿਕੋਜ਼ ਤੁਹਾਡਾ ਗੋਲ ਕੱਲਾ ਆਪਣਾ ਇੰਡੀਵਿਜੂਅਲ ਨਹੀਂ ਹੈ ਜਦੋਂ ਦੀ ਮਾਂ ਜਿਹੜਾ ਜੱਗੀ ਜੀ ਜਿਹੜਾ ਮਾਂ ਹੁੰਦਾ ਨਾ ਉਹ ਐਡਾ ਵੱਡਾ ਸ਼ਬਦ ਹੈਗਾ ਕਿ ਉਹ ਜਿਹੜਾ ਅਧਿਕਾਰ ਆ ਉਸ ਦਾ ਮਾਂ ਜਿਹੜਾ ਉਹ ਇੱਕ ਔਰ ਨਹੀਂ ਮਿਲਿਆ ਕਿ ਉਹ ਮਾਂ ਇੱਕ ਕਿਸਾਨ ਮਾਂ ਨਹੀਂ ਉਹ ਸਮਾਜ ਦਾ ਤਾਂ ਉਹ ਕਈ ਵਾਰੀ ਆਪਣੀ ਇੰਡਲ ਲਾਈਫ ਨੂੰ ਦੇਖਦੀ ਹੋਈ ਉਹ ਆਪਣੇ ਰੋਲ ਤੋਂ ਹੋ ਜਾਏ ਤੇ ਰੱਬ ਬਹੁਤ ਜ਼ਿਆਦਾ ਖੁਸ਼ ਹੁੰਦਾ ਮੇਰੇ ਖਿਆਲ ਦੇ ਵਿੱਚ ਜੀ ਤੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਜਿਨ੍ਹਾਂ ਨੂੰ ਇਹ ਪ੍ਰੋਬਲਮ ਆਈ ਹੈ ਉਹਨਾਂ ਨੂੰ ਡਿਪਰੈਸ਼ਨ ਹੋਰ ਵੀ ਇੱਕ ਦੇਖਣ ਦੇ ਵਿੱਚ ਆਈ ਹੈ ਕਿ ਜਦੋਂ ਟੈਨਸ਼ਨ ਦੇ ਵਿੱਚ ਫਿਰ ਸਾਡੀਆਂ ਪੰਜਾਬੀ ਔਰਤਾਂ ਇਲਾਕੀਆਂ ਟੈਨਸ਼ਨ ਦੇ ਵਿੱਚ ਆਉਂਦੀਆਂ ਨੇ ਫਿਰ ਉਹ ਸਾਡੇ ਜਿਹੜੇ ਇੱਕ ਕੇਸ ਦੀ ਮੈਂ ਗੱਲ ਕਰਦਾ ਉਹ ਬਾਅਦ 'ਚ ਡਰਿੰਕ ਡਰੁੰਕ ਵੀ ਕਾਫੀ ਨਸ਼ਿਆਂ ਲੱਗ ਕਹਿੰਦੇ ਨੀਂਦ ਨਹੀਂ ਆਉਂਦੀ ਕਰੀਏ ਸੁਣਾ ਨੂੰ ਜ਼ਰੂਰ ਹਾਂਜੀ ਸੁਨੇਹਾ ਹੁੰਦਾ ਜੇ ਕਿ ਲੋਕਾਂ ਅੱਡ ਕੇ ਕਹਿੰਦੇ ਕੀ ਨਹੀਂ ਦਿੰਦੇ ਆਪਾਂ ਧਿਆਨ ਇਹਦੇ ਮੈਂ ਗੱਲ ਮੈਂ ਤੁਹਾਨੂੰ ਇੰਟਰਪਟ ਕਰ ਰਿਹਾ ਸੀ ਇਹ ਚੀਜ਼ ਮੈਂ ਕਿਹਨੂੰ ਵੀ ਕੋਈ ਵੀ ਨਸ਼ਾ ਕਰਨ ਵਾਲਾ ਬੰਦਾ ਜਿਹੜਾ ਨਸ਼ਾ ਵਾ ਕਿ ਜਿਹੜਾ ਜ਼ਰੂਰ ਤੋਂ ਜ਼ਿਆਦਾ ਕੋਈ ਚੀਜ਼ ਲੈਤੀ ਜਾਂਦੀ ਚਾਹ ਵੀ ਪੀਣ ਸੀ ਗੱਲ ਕਰ ਲਈਏ ਜਿਹੜੇ ਅੱਜ ਦੇ ਨਸ਼ੇ ਨੇ ਸ਼ਰਾਬ ਹੋ ਗਈ ਆ ਜਾਂ ਕੋਈ ਕੈਮੀਕਲ ਡਰੱਗ ਹੋ ਗਿਆ ਜਾਂ ਕਿਸੇ ਤਰ੍ਹਾਂ ਦੀ ਵੀ ਜਿਹੜਾ ਤੁਹਾਨੂੰ ਕੁਛ
ਸਮੇਂ ਲਈ ਸ਼ਾਂਤੀ ਦਾ ਜੀ ਅਸਲ ਦੇ ਵਿੱਚ ਤੁਹਾਡੇ ਮਿਲੀਅਨਸ ਆਫ ਸੈੱਲ ਨੇ ਦਿਮਾਗ ਦੇ ਵਿੱਚ ਉਹਨਾਂ ਨੂੰ ਕਿਲ ਕਰਦਾ ਹੋ ਮੈਡੀਕਲ ਉਸ ਨੂੰ ਕਿੰਨੀ ਮਰਜ਼ੀ ਅਜਕਲ ਤੱਕ ਗੂਗਲ ਕੁਝ ਮਿਲਦਾ ਜੀ ਤੁਸੀਂ ਉਸ ਨੂੰ ਜਦੋਂ ਸਰਚ ਕਰੇ ਉਹ ਜਦੋਂ ਇਹਦੀ ਤੁਸੀਂ ਉਹਨੇ ਰਿਲੀਫ ਦਿੱਤੀ ਨੈਕਸਟ ਟਾਈਮ ਉਸ ਤੋਂ ਜ਼ਿਆਦਾ ਨਸ਼ੀ ਜ਼ਰੂਰਤ ਹੋਗੀ ਫਿਰ ਇੱਕ ਸਿਆਹ ਹੈ ਜੋ ਕਿ ਤੁਹਾਨੂੰ ਨਸ਼ਾ ਵੀ ਸਪੋਰਟ ਨਹੀਂ ਕਰੂਗਾ ਉਸ ਤੋਂ ਰਿਲੀਫ ਲੈ ਤੋ ਉਹਦੇ ਅਗੇਂਸਟ ਇਹ ਹੈ ਕਿ ਤੁਸੀਂ ਆਪਣੇ ਦਿਮਾਗ ਨੂੰ ਆਪਣੇ ਆਪ ਨਾਲ ਕਰੋ ਮੈਡੀਟੇਸ਼ਨ ਕਰੋ ਉਹ ਇਹੋ ਜਿਹੀਆਂ ਸਟਰੋਂਗ ਚੀਜ਼ਾਂ ਨੇ ਗੀਆਂ ਪ੍ਰੋਪਰ ਆਕਸੀਜਨ ਦੇ ਵਿੱਚ ਬੈਠ ਕੇ ਤੁਸੀਂ ਮੈਡੀਟੇਸ਼ਨ ਕਰੋ ਜੀ ਯੂ ਕੈਨ ਕਮ ਆਊਟ ਫਰੋਮ ਦ ਸਿਚੁਏਸ਼ਨ ਜੀ ਚਲੋ ਆਪਾਂ ਅਖੀਰ ਦੇ ਵਿੱਚ ਇਹ ਗੱਲ ਕਰਦੇ ਵੈਸੇ ਜਿਹੜੀ ਪ੍ਰੋਬਲਮ ਦਿਲ ਕਰਦੇ ਅਸੀਂ ਵੀ ਸੋਚਦੇ ਜੀ ਅਸੀਂ ਬ੍ਰਿਜ ਬਿਊਰੋ ਰਿਸ਼ਤਾ ਕੀਤਾ ਪ੍ਰੋਬਲਮ ਨਹੀਂ ਜਿਹਨਾਂ ਨੇ ਬ੍ਰਿਜ ਬਿਊਰੋ ਰਿਸ਼ਤਾ ਉਹਨਾਂ ਦੇ ਕਹਿੰਦੇ ਵਧੀਆ ਵਿੱਚ ਨੇ ਜਿਹਨਾਂ ਨੇ ਰਿਸ਼ਤੇਦਾਰ ਵਿੱਚ ਕੀਤਾ ਹੈ ਦਾ ਕੁਛ ਚੰਗੀ ਤਰ੍ਹਾਂ ਕਰਾ ਕੀਤਾ ਉਹਨਾਂ ਦੀ ਪ੍ਰੋਬਲਮ ਆਈਆਂ ਨੇ ਇਹ ਕੋਈ ਮੀਟਰ ਨਹੀਂ ਹੈਗਾ ਵੀ ਕਿਉਂ ਰਿਸ਼ਤਾ ਹੋਇਆ ਅਤੇ ਤਾਂ ਪ੍ਰੋਬਲਮ ਆਈ ਆ ਸੋ ਮੇਨ ਇਹ ਵੀ ਪ੍ਰੋਬਲਮ ਆਵੇ ਨਾ ਅਤੇ ਉਦੋਂ ਬਾਅਦ ਇਹ ਬੇਨਤੀ ਕਰਦੇ ਸਾਰਿਆਂ ਨੂੰ ਜਿੰਨੀਆਂ ਬੀਬੀਆਂ ਭੈਣਾਂ ਹੈਗੀਆਂ ਨੇ ਸਮੱਸਿਆ ਹੈਗੀ ਆ ਵੀ ਦਿਮਾਗ ਦੇ ਵਿੱਚੋਂ ਟੈਨਸ਼ਨ ਕੱਢ ਕੇ ਕੰਮ ਵੱਲ ਧਿਆਨ ਦਿਓ ਜੀ ਮੈਂ ਇੱਕ ਹੋਰ ਤੁਹਾਡੇ ਨਾਲ ਸਾਂਝਾ ਕਰਨਾ ਕਿੰਨੇ ਟਾਈਮ ਹੈ ਜੀ ਮੇਰੇ ਕੋਲ ਆਪਾਂ ਇੱਕ ਮਿੰਟ ਤੱਕ ਕਰ ਲਓ ਜੀ ਠੀਕ ਹੈ ਜੀ ਅਸੀਂ ਬਿਜ਼ਨਸ ਮਾਡਲ ਤਿਆਰ ਕੀਤਾ ਇੱਥੇ ਜਿਹੜਾ ਮੈਂ ਇੱਥੇ ਡਿਸਕਸ ਕਰਨਾ ਚਾਹੁੰਦਾ ਤੇ ਕਿਸੇ ਵੀ ਕਿਉਂਕਿ ਉਹ ਬਿਜ਼ਨਸ ਮਾਡਲ ਪੈਸਾ ਕਮਾਉਣ ਵਾਸਤੇ ਨਹੀਂ ਸੀਗਾ ਉਹ ਬਿਜ਼ਨਸ ਮਾਡਲ ਆ ਜਿਹੜਾ ਉਹ ਇਸ ਲਈ ਹੈ ਕਿ ਉਸ ਦੇ ਸਮਾਜ ਦਾ ਕੀ ਫਾਇਦਾ ਹੋ ਸਕਦਾ ਉਹ ਬਿਜ਼ਨਸ ਮਾਡਲ ਦੇ ਡਿਜ਼ਾਈਨ ਇਹ ਸੀਗਾ ਕਿ ਵੀ ਇੱਕ ਆਰਗੇਨਾਈਜੇਸ਼ਨ ਆ ਇਹ ਆਰਗੇਨਾਈਜੇਸ਼ਨ ਉੱਥੇ ਦੋ ਜਾਣੇ ਆਪਣਾ ਕੇਸ ਦਿੰਦਾ ਇੱਕ ਆਪਾਂ ਕੇਸ ਲਾਉਣਾ ਨਾ ਲੜ ਪੈਂਦੇ ਆ ਬਿਲਕੁਲ 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 ਇੱਕ ਉੱਥੇ ਉਹ ਵਿਆਹ ਕਰਾਉਣ ਤੋਂ ਪਹਿਲਾਂ ਕੇਸ ਦਿੰਦੇ ਆ ਤੇ ਉਹ ਆਪਣੇ ਮੈਂਬਰਾਂ ਦੀ ਜਿਹੜੇ ਫੈਮਿਲੀ ਮੈਂਬਰ ਨੇ ਜਾਂ ਕੁਝ ਫਰੈਂਡ ਨੇ ਉਹਨਾਂ ਦੀ ਇਨਫੋਰਮੇਸ਼ਨ ਦਿੰਦੇ ਆ ਨਾ ਕੰਟੈਕਟ ਫੋਨ ਨੰਬਰ ਅੱਛਾ ਹੁਣ ਉਹ ਜਿਹੜੀ ਆਰਗੇਨਾਈਜੇਸ਼ਨ ਆ ਉਹ ਕ੍ਰਾਸ ਚੈੱਕ ਕਰਦੀ ਆ ਉਹਨਾਂ ਦੀ ਬਿਹੇਵੀਅਰ ਉਹਨਾਂ ਦੀ ਨੇਚਰ ਨੂੰ ਕਿ ਮੰਨ ਲਓ ਜੀ ਦੁਨੀਆ 'ਚ ਇਹ ਹੋ ਰਹੀ ਹੈ ਤੁਸੀਂ ਕੀ ਰਿਐਕਟ ਕਰੋਗੇ ਜੇ ਤੁਹਾਡੇ ਪਰਿਵਾਰ 'ਚ ਇਦਾਂ ਹੋਇਆ ਤਾਂ ਤੁਸੀਂ ਕੀ ਰਿਐਕਟ ਕਰੋਗੇ ਤੇ ਇੱਕ ਪਾਸੇ ਮੰਨ ਲਓ ਇਹ ਸਾਈਡ ਵਾਲੇ ਕਹਿੰਦੇ ਨੇ ਕਿ ਜੀ ਜੇ ਇਦਾਂ ਹੋਇਆ ਤਾਂ ਮੈਂ ਤੈਅ ਕਰ ਦੂੰ ਉਹ ਸਾਰਾ ਸਿਆਗ ਲਾਉਂਦੇ ਜਾਂਦੇ ਨੇ ਤੇ ਬੀ ਪਾਸੇ ਵਾਲਾ ਜਿਹੜੇ ਦੋ ਮੇਲ ਤੇ ਫੀਮੇਲ ਜੁੜ ਰਹੇ ਨੇ ਉਹ ਤਾਂ ਓਕੇ ਨੇ ਦੋਨੇ ਰਿਲੇਸ਼ਨਸ਼ਿਪ 'ਚ ਬਾਕੀ ਆਲੇ ਦੁਆਲੇ ਵਾਲੇ ਸਰਕਲ ਆ ਉਹ ਉਹਨਾਂ ਦਾ ਜੀ ਚੱਲਦਾ ਨਹੀਂ ਹੈ ਹਾਂ ਨਾ ਸੋ ਉਹ ਇੱਕ ਰਿਪੋਰਟਿੰਗ ਤੇ ਕਰਦੇ ਨੇ ਉਹ ਬਹੁਤ ਵਧੀਆ ਗੱਲ ਹੈ ਇਹ ਵੀ ਇੱਕ ਦੇਖਣ ਦੇ ਵਿੱਚ ਆਈ ਹੈ ਕਿ ਆਲੇ ਦੁਆਲੇ ਵਾਲੇ ਕਈ ਵਾਰ ਦੇਖਣ ਦਿੰਦੇ ਚਾਹੇ ਉਹ ਮੁੰਡੇ ਵਾਲੇ ਜਾਂ ਕੁੜੀ ਵਾਲੇ ਆਮ ਤੌਰ ਤੇ ਇਹ ਕਿਹਾ ਜਾਂਦਾ ਵੀ ਜਿੰਨਾ ਘਰ ਦੇ ਵਿੱਚ ਕੁੜੀ ਦੀ ਮਾਂ ਨਾਲ ਦੀ ਹੈ ਉੱਥੇ ਜਿਹੜੇ ਅੰਕੜੇ ਇੱਕ ਆਏ ਸਰਵੇ ਕਿਸੇ ਨੇ ਕਿਹਾ ਸੀ ਜੀ ਜੀ ਤੇ ਉਹਨਾਂ ਦੇ ਵਿੱਚ ਤਲਾਕ ਦੀ ਸੰਭਾਵਨਾ ਵੱਧ ਰਹਿੰਦੀ ਹੈ ਛੋਟੀਆਂ ਜਿਹੀਆਂ ਗੱਲਾਂ ਨੇ ਕਾਲੀ ਆਪਦੇ ਘਰ ਵਾਲੇ ਫੋਨ ਕਰਦੀ ਆ ਮੈਂ ਅੱਜ ਕੀ ਬਣਾਵਾਂ ਉਹ ਫੋਨ ਕਰਦੀ ਆ ਤੇ ਮੈਂ ਆ ਕੇ ਪਾ ਲਵਾਂ ਇਹਦਾ ਮਤਲਬ ਉਹਦੇ ਡਿਸੀਜਨ ਮੇਕਿੰਗ ਕਪੈਸਿਟੀ ਨਹੀਂ ਹੈ ਜਦੋਂ ਔਰਤ ਆਪਣੇ ਪਰਿਵਾਰ ਚ ਤੁਹਾਨੂੰ ਪੁੱਛ ਰਹੀ ਹੈ ਤਾਂ ਹੋ ਸਕਦਾ ਆਪਦੀ ਮਾਂ ਨੂੰ ਪੁੱਛੇ ਕਿ ਵੀ ਮੇਰਾ ਹਸਾ ਇਹ ਕਹਿੰਦਾ ਸੀ ਮੈਂ ਕੀ ਕਰਾਂ ਜਾਂ ਆਪਦੀ ਦੋਸਤ ਨੂੰ ਪੁੱਛੇ ਉਹ ਤੁਹਾਡੀ ਜ਼ਿੰਦਗੀ ਨਹੀਂ ਜੀ ਰਹੇ ਉਹ ਤੁਹਾਨੂੰ ਕਿੱਦਾਂ ਰਾਈਟ ਸਲਾਹ ਦੇਣਗੇ ਚਾਹੇ ਉਹ ਮੇਲ ਆ ਜਦੋਂ ਤੁਸੀਂ ਸੈਲਫ ਡਿਸੀਜਨ ਮੇਕਿੰਗ ਨਹੀਂ ਤੁਸੀਂ ਅਡਲਟ ਹੋ ਚੁੱਕੇ ਹੋਗੇ ਤਾਂ ਇਹ ਇੱਕ ਲੈਕ ਕਰਦੇ ਆ ਅਸੀਂ ਸਾਡੀ ਕਮਿਊਨਿਟੀ ਇੱਥੋਂ ਇਹ ਸਾਨੂੰ ਸਕਿੱਲ ਬਿਲਡ ਕਰਨੀ ਚਾਹੀਦੀ ਹੈ ਸਾਡੇ ਆਪਣੇ ਆਪ ਜੀ 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 ਚਲੋ ਬਹੁਤ ਧੰਨਵਾਦ ਜੀ ਤੁਹਾਡਾ ਰੋਕੀ ਬਹੁਤ ਵਧੀਆ ਗੱਲਾਂ ਹੋਈਆਂ ਇਹ ਗੱਲਾਂ ਅਸੀਂ ਬਹੁਤ ਦੇਰ ਤੇ ਹਜੇ ਕਰ ਸਕਦੇ ਸੀ ਤੇ ਪਰ ਆਪਾਂ ਫਿਰ ਕਾਲਾਂ ਵੀ ਜਿਹੜੀਆਂ ਨਾਲ ਨਾਲ ਦਰਸ਼ਕਾਂ ਲੈਣੀਆਂ ਹੁੰਦੀਆਂ ਅੱਜ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਵਿਸ਼ੇ ਕਿਸੇ ਨਾ ਕਿਸੇ ਵਿਸ਼ੇ 'ਤੇ ਜ਼ਰੂਰ ਤੁਹਾਨੂੰ ਕਸ਼ਟ ਦਿਆ ਕਰਾਂਗੇ ਬਹੁਤ ਮਿਹਰਬਾਨੀ ਥੈਂਕ ਯੂ ਜੀ ਜੀ ਰੋਬੀ ਬੈਨੀਵਾਲ ਸਾਹਿਬ ਆਸਟ੍ਰੇਲੀਆ ਤੋਂ ਐਡੀਲੇਟ ਰਹਿੰਦੇ ਨੇ ਉੱਥੋਂ ਗੱਲਬਾਤ ਕਰ ਰਹੇ ਸੀਗੇ ਸੋ ਗਲੋਬਲ ਹੈਗਾ ਅਸੀਂ ਜਦੋਂ ਗੱਲ ਕਰੀ ਦੀ ਹੈ ਕਿਸੇ ਇੱਕ ਪੰਜਾਬੀ ਦੀ ਨਹੀਂ ਕਰੀ ਦੀ ਓਵਰਆਲ ਪੰਜਾਬੀ ਜਿਹੜੇ ਹੈਗੇ ਅਸੀਂ ਪੂਰੀ ਦੁਨੀਆ ਦੇ ਵਿੱਚ ਆਪਣੀ ਸਾਰਿਆਂ ਦੀ ਗੱਲ ਕਰੀ ਦੀ ਆ ਸੋ ਬ੍ਰੇਕ ਤੋਂ ਬਾਅਦ ਹੁਣ ਤੁਹਾਡੀਆਂ ਕਾਲਾਂ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਕਰਾਂਗੇ ਜੀ ਅਤੇ ਤੁਸੀਂ ਕਾਲ ਕਰਕੇ ਕੋਈ ਵੀ ਆਪਣੇ ਵਿਚਾਰ ਹੈਗੇ ਨੇ ਮੁੱਕਦੀ ਗੱਲ ਇਹ ਹੈ ਵੀ ਇਹ ਨੌਬਤ ਆਉਂਦੀ ਕਿਉਂ ਹੈ ਇਹਦਾ ਹੱਲ ਕੀ ਹੈ ਜਿਨ੍ਹਾਂ 'ਤੇ ਇਹ ਨੌਬਤ ਆ ਗਈ ਆ ਉਹਨਾਂ ਨੂੰ ਕੀ ਕਰਨਾ ਚਾਹੀਦਾ ਇਹ ਤਿੰਨ ਕੁ ਗੱਲਾਂ ਨੇ ਇੱਥੇ ਆਪਾਂ ਤੁਹਾਡੀਆਂ ਕਾਲਾਂ ਬ੍ਰੇਕ ਤੋਂ ਬਾਅਦ ਲਵਾਂਗੇ ਫਿਲਹਾਲ ਬ੍ਰੇਕ ਲੈਂਦੇ ਦੇਖਦੇ ਰਹੋ ਜਸਪ ਹਾਜ਼ਰ ਜੀ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਅਤੇ ਆਪਾਂ ਹੁਣ ਕਾਲਾਂ ਸਿਲਸਿਲਾ ਸ਼ੁਰੂ ਕਰਦੇ ਹਾਂ ਗੱਲ ਤਾਂ ਛੋਟੀ ਜੀ ਹੈਗੀ ਆ ਪਰ ਗੱਲ ਹੈ ਬਹੁਤ ਵੱਡੀ ਸਮੱਸਿਆ ਬਣਦੀ ਜਾ ਰਹੀ ਆਉਣ ਵਾਲੇ ਦਿਨ ਦੇ ਵਿੱਚ ਸਿੰਗਲ ਮੌਮ ਸਿੰਗਲ ਮਦਰ ਦੀ ਸਮੱਸਿਆ ਜਿਹੜੀ ਹੈ ਇਹਦੇ ਕਾਰਨ ਹੱਲ ਅਤੇ ਜਿਨ੍ਹਾਂ ਨੂੰ ਇਹ ਸਮੱਸਿਆ ਆ ਚੁੱਕੀ ਹੈ ਉਹਨਾਂ ਨੂੰ ਮੋਰਲ ਸਪੋਰਟ ਅਸੀਂ ਦਿਮਾਗੀ ਤੌਰ 'ਤੇ ਉਹਨਾਂ ਨੂੰ ਕਿਵੇਂ ਸਟਰੋਂਗ ਕਰ ਸਕਦੇ ਹਾਂ ਇਹ ਦੋ ਤਿੰਨ ਚੀਜ਼ਾਂ ਮੈਂ ਤੁਹਾਡੇ ਕੋਲ ਪੁੱਛਣੀ ਚਾਹੁੰਦਾ ਕਾਲਾਂ ਦੇ ਸਿਲਸਿਲਾ ਸ਼ੁਰੂ ਕਰਦੇ ਹੈਲੋ ਸਤਿ ਸ਼੍ਰੀ ਅਕਾਲ ਜੀ ਆਉਂਦੇ ਹੋ ਜੀ ਤੁਸੀਂ ਜੀ ਸਤਿ ਸ਼੍ਰੀ ਅਕਾਲ ਜੀ ਸਰ ਕੌਣ ਬੋਲਦੇ ਮਹੀਪਾਲ ਸਿੰਘ ਬੋਲ ਰਹੇ ਹਾਂ ਜੀ ਮਹੀਪਾਲ ਸਿੰਘ ਜੀ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਜੀ ਹਾਂਜੀ ਸਭ ਤੋਂ ਪਹਿਲੇ ਜਸ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਤੇ ਆਪ ਜੀ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਵਾਗਤ ਮੈਂ ਰੀਸੈਂਟਲੀ ਰੈਗੂਲਰਲੀ ਦੇਖਣਾ ਸ਼ੁਰੂ ਕੀਤਾ ਜਸ ਪੰਜਾਬੀ ਉਹ ਅੱਛਾ ਜੀ ਤੇ ਮੈਂ ਬੜਾ ਇੰਟਰਸਟ ਲੈ ਕੇ ਦੇਖਦਾ ਹੁਣ ਤੇ ਹਰ ਚੀਜ਼ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਸੀ ਅੱਜ ਜਿਹੜੀ ਤੁਸੀਂ ਸਮੱਸਿਆ ਲੈ ਕੇ ਆਏ ਹੋਏ ਸਿੰਗਲ ਮੋਮਸ ਦੀ ਜੀ ਤੇ ਕੋਈ ਵੀ ਜਿਹੜੀ ਪ੍ਰੋਬਲਮ ਹੁੰਦੀ ਹੈ ਜੇ ਉਹਨੂੰ ਜੜ ਤੋਂ ਖਤਮ ਕੀਤਾ ਜਾਏ ਤਾਂ ਹੀ ਲੌਂਗ ਟਰਮ 'ਚ ਉਹਦੇ 'ਚ ਕੋਈ ਇੰਪਰੂਵਮੈਂਟ ਨਜ਼ਰ ਆਉਂਦੀ ਜੀ ਇਹ ਵੱਧ ਹੀ ਆ ਰਹੀ ਹੈ ਜੀ ਸਮੱਸਿਆ ਇਹ ਪਹਿਲਾਂ ਇੰਨੀ ਪ੍ਰੋਬਲਮ ਨਹੀਂ ਸੀ ਹੈਗੀ ਹੁਣ ਤਾਂ
ਤੇ ਕੀ ਕਾਰਨ ਕੀ ਹੈਗੇ ਨੇ ਜੀ? ਮੈਂ ਤੁਹਾਨੂੰ ਇਹਦਾ ਹੱਲ ਦੱਸਦਾ ਤੇ ਕਾਰਨ ਵੀ ਦੱਸਦਾ ਦਾ ਕਾਰਨ ਕੀ ਜੀ? ਇਹਦਾ ਸਭ ਤੋਂ ਵੱਡਾ ਕਾਰਨ ਹੈਗਾ ਜੇ ਕਿ ਜਿਹੜੇ ਕੋਈ ਵੀ ਜਿਹੜੀ ਸਿੰਗਲ ਮੌਮ ਹੈਗੀ ਉਹ ਪਹਿਲੇ ਪੈਦਾ ਹੁੰਦੀ 2-4-5 ਸਾਲ ਦੀ 10 ਸਾਲ ਦੀ ਜਦੋਂ ਵੱਡੀ ਹੋਈ ਉਸ ਤੋਂ ਬਾਅਦ ਹੀ ਸਿੰਗਲ ਮੌਮ ਬਣੇਗੀ ਨਾ। ਹਾਂਜੀ ਵਿਆਹ ਤੋਂ ਬਾਅਦ ਹੀ ਬਣੇਗੀ। ਹਾਂਜੀ ਜਦੋਂ ਸਿੰਗਲ ਮੌਮ ਜਦੋਂ ਬਣਦੀ ਹੈ ਉਹਦੀ ਉਸ ਕਿਸਮ ਦੀ ਐਕਸਪੋਜ਼ਰ ਹੋ ਚੁੱਕਿਆ ਹੁੰਦਾ ਤੇ ਮਾਂ ਪਿਓ ਨੂੰ ਚਾਹੀਦਾ ਜਦੋਂ ਉਹਨਾਂ ਦੇ ਬੱਚੇ ਛੋਟੇ ਹੁੰਦੇ ਨੇ ਜੀ ਜੇ ਉਹਨਾਂ ਦੇ ਨਾਲ ਉਹ ਜ਼ਿਆਦਾ ਟਾਈਮ ਸਪੈਂਡ ਕਰਨ ਉਹਨਾਂ ਨੂੰ ਆਪਣੇ ਨਾਲ ਜੋੜੀ ਰੱਖਣ ਤੇ ਆਪਣੇ ਕਲਚਰ ਦੇ ਬਾਰੇ ਆਪਣੇ ਧਰਮ ਦੇ ਬਾਰੇ ਸਿੱਖਿਆ ਦਿੰਦੇ ਰਹਿਣ। ਬਹੁਤ ਜ਼ਿਆਦਾ ਆਮ ਨਾਟ ਟਾਕਿੰਗ ਕੀ ਟੂ ਮੱਚ ਅਬਾਊਟ ਰਿਲੀਜਨ ਜੀ ਮਤਲਬ ਉਹਨਾਂ ਨੂੰ ਆਪਣਾ ਇੱਕ ਕਲਚਰ ਇੱਕ ਅਲੱਗ ਚੀਜ਼ ਹੈ ਰਿਲੀਜਨ ਇੱਕ ਅਲੱਗ ਚੀਜ਼ ਜੀ ਉਹਨਾਂ ਨੂੰ ਸਾਡਾ ਕਲਚਰ ਪਤਾ ਹੋਣਾ ਚਾਹੀਦਾ ਸਿਰਫ ਸਾਡੇ ਸਿੱਖ ਧਰਮ 'ਚ ਸਿੰਗਲ ਮੌਮ ਜਿਹੜੀ ਹੈਗੀ ਹੈ ਕੋਈ ਠੀਕ ਚੀਜ਼ ਨਹੀਂ ਸਮਝੀ ਜਾਂਦੀ। ਹਾਂਜੀ ਤੇ ਜਿਹੜਾ ਬੱਚਾ ਹੁੰਦਾ ਉਹਦਾ ਐਕਸਪੋਜ਼ਰ ਜਿਹੜਾ ਹੈਗਾ ਦੋ ਜਗ੍ਹਾ ਹੁੰਦਾ ਇੱਕ ਤੇ ਹੁੰਦਾ ਘਰੋਂ ਬਾਹਰ ਜੀ ਸਕੂਲ ਦੇ ਵਿੱਚ ਦੋਸਤਾਂ ਦੇ ਵਿੱਚ ਤੇ ਇੱਕ ਹੁੰਦਾ ਘਰ ਦੇ ਵਿੱਚ ਜੀ ਤੇ ਜਦੋਂ ਘਰ ਦੇ ਵਿੱਚ ਤੁਸੀਂ ਉਹਨਾਂ ਨੂੰ ਟਾਈਮ ਘੱਟ ਦਿਓਗੇ ਤੇ ਜਿਹੜਾ ਉਹਨਾਂ ਦਾ ਬਾਹਰ ਦਾ ਐਕਸਪੋਜ਼ਰ ਹੈਗਾ ਉਹ ਹਾਵੀ ਹੋ ਜਾਏਗਾ। ਬਿਲਕੁਲ ਜਦੋਂ ਬਾਹਰ ਦਾ ਐਕਸਪੋਜ਼ਰ ਹਾਵੀ ਹੋ ਜਾਏਗਾ ਤੇ ਉਹਨਾਂ ਨੇ ਫਿਰ ਬਾਅਦ ਚੋਂ ਜਦੋਂ ਵੱਡੇ ਹੋ ਜਾਂਦੇ ਨੇ ਫਿਰ ਉਹਨਾਂ ਦੀ ਸਟੇਟ ਆਫ ਮਾਈਂਡ ਐਸੀ ਹੋ ਜਾਂਦੀ ਹੈ ਤੁਸੀਂ ਉਹਨਾਂ ਨੂੰ ਸਮਝਾ ਨਹੀਂ ਸਕਦੇ। ਇਟਸ ਵੈਰੀ ਡਿਫੀਕਲਟ। ਬਿਲਕੁਲ ਜੀ ਬਿਲਕੁਲ। ਚਲੋ ਤੇ ਹੱਲ ਇਹਦੇ ਜੀ? ਹੱਲ ਇਹਦਾ ਹੈਗਾ ਕਿ ਆਪਣਾ ਜਿਹੜੇ ਯੰਗ ਪੇਰੈਂਟਸ ਹੈਗੇ ਨੇ ਕੋਈ ਐਸੀ ਕੋਈ ਐਸੋਸੀਏਸ਼ਨ ਹਰ ਜਗ੍ਹਾ ਹਰ ਹੋਣੀ ਚਾਹੀਦੀ ਹੈ ਟਾਊਨ ਦੇ ਵਿੱਚ ਬਣਾਉਣੀ ਚਾਹੀਦੀ ਹੈ ਜਿੱਥੇ ਉਹਨਾਂ ਨੂੰ ਜਾਗਰੂਕ ਕੀਤਾ ਜਾਏ ਕਿ ਹਾਊ ਇੰਪੋਰਟੈਂਟ ਇਟ ਇਜ਼ ਦਿਮਾਗ ਚ ਹੋਏਗੀ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਕਲਚਰ ਦੇ ਵਿੱਚ ਜੋੜ ਕੇ ਰੱਖਣਾ ਜੀ ਤੇ ਦੈਟ ਵਿਲ ਬੀ ਗੁੱਡ ਨਾ। ਬਹੁਤ ਮਿਹਰਬਾਨੀ ਬਹੁਤ ਮਿਹਰਬਾਨੀ ਜੀ। ਹੈਲੋ ਜੀ ਸਤਿ ਸ਼੍ਰੀ ਅਕਾਲ ਤੁਸੀਂ ਆਉਂਦੇ ਹੋ ਜੀ ਸਰਦਾਰ ਗੁਰਦੀਪ ਸਿੰਘ ਜੀ ਸੰਦਰ ਸਾਹਿਬ। ਹਾਂਜੀ ਜਗਜੀਤ ਸਾਹਿਬ ਮੈਂ ਇੱਕ ਲੇਖ ਲਿਖਿਆ ਸੀ ਜੀ ਹਾਉ ਯੂ ਕੈਨ ਨੋ ਯੂਅਰ ਰਿਲੇਸ਼ਨਸ਼ਿਪ ਇਜ਼ ਟਰੂ। ਵਾਹ ਜੀ ਵਾਹ ਜੀ। ਤੁਹਾਡਾ ਰਿਲੇਸ਼ਨਸ਼ਿਪ ਸੱਚਾ ਹੈ ਇਹ ਕਿਵੇਂ ਜਾਣ ਸਕਦੇ ਹੋ? ਦੋ ਚਾਰ ਗੱਲਾਂ ਦੱਸਦਾ। ਇਹ ਤੁਹਾਡੀ ਅੱਜ ਰਿਲੇਸ਼ਨ ਦੀ ਗੱਲ ਹੋ ਰਹੀ ਸੀ ਇਹਦੇ ਬਾਰੇ ਮੈਂ 5-7 ਰਿਲੇਸ਼ਨਸ਼ਿਪ ਦੇ ਬਾਰੇ ਟੌਪਿਕ ਲਿਖਿਆ ਜੀ। ਅੱਜ ਸਿਰਫ ਇਹੀ ਦੱਸਾਂਗਾ ਕਿ ਤੁਹਾਨੂੰ ਸਿਲੈਕਸ਼ਨ ਕਰਨ ਵੇਲੇ ਰਿਲੇਸ਼ਨ 'ਚ ਜਾਣ ਵੇਲੇ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਜੀ। ਜ਼ਰੂਰ। ਜਿਸ ਨਾਲ ਵੀ ਤੁਸੀਂ ਰਿਲੇਸ਼ਨਸ਼ਿਪ ਵਿੱਚ ਹੋ ਉਹ ਆਪ ਨੂੰ ਟੌਪ ਮੋਸਟ ਪ੍ਰਾਇਓਰਟੀ ਫੀਲ ਕਰਾਏਗਾ। ਅਗਰ ਉਹ ਆਪ ਲਈ ਕੁਛ ਕਰਨਾ ਚਾਹੁੰਦਾ ਹੈ ਆਪ ਲਈ ਸਮਾਂ ਕੱਢ ਰਿਹਾ ਹੈ ਤਾਂ ਉਹ ਸੱਚਾ ਹੈ। ਅਗਰ ਸਾਹਮਣੇ ਵਾਲਾ ਆਪ ਦੀ ਪਰਵਾਹ ਨਹੀਂ ਕਰ ਰਿਹਾ ਤਾਂ ਸਮਝੋ ਗਲਤ ਹੈ ਜੀ। ਨੰਬਰ 2 ਅਗਰ ਸਾਹਮਣੇ ਵਾਲਾ ਇਨਸਾਨ ਆਪ ਨਾਲ ਆਪਣੀਆਂ ਸੀਕਰੇਟ ਸ਼ੇਅਰ ਕਰਦਾ ਹੈ ਆਪਣੀਆਂ ਯੋਜਨਾਵਾਂ ਸ਼ੇਅਰ ਕਰਦਾ ਹੈ ਤਾਂ ਉਸ ਇਨਸਾਨ ਦਾ ਆਪ ਦੇ ਨਾਲ ਰਿਲੇਸ਼ਨ ਸੱਚਾ ਹੈ ਜੀ। ਜੋ ਸੱਚਾ ਨਹੀਂ ਹੈ ਉਹ ਮਜ਼ੇ ਲਵੇਗਾ ਔਰ ਨਿਕਲ ਪਵੇਗਾ ਜੀ। ਤੀਜਾ ਹੈ ਜੋ ਵੀ ਆਪ ਨਾਲ ਰਿਲੇਸ਼ਨਸ਼ਿਪ 'ਚ ਹੈ ਔਰ ਆਪਣੀ ਫੈਮਿਲੀ ਨਾਲ ਮਿਲਾਉਂਦਾ ਹੈ ਤਾਂ ਉਹ ਸੀਰੀਅਸ ਹੈ ਠੀਕ ਹੈ। ਇਸਦਾ ਮਤਲਬ ਹੈ ਉਹ ਆਪਣੇ ਰਿਲੇਸ਼ਨ ਨੂੰ ਲੰਬਾ ਸਮਾਂ ਜਾਂ ਸਾਰੀ ਉਮਰ ਸਾਥ ਰਹਿਣਾ ਚਾਹੁੰਦਾ ਹੈ। ਉਹ ਤੁਹਾਨੂੰ ਆਪਣੇ ਗਰੁੱਪ 'ਚ ਸ਼ਾਮਿਲ ਕਰਨਾ ਚਾਹੁੰਦਾ ਹੈ ਸਭ ਕੁਛ ਸ਼ੇਅਰ ਕਰਨਾ ਚਾਹੁੰਦਾ ਹੈ ਉਹ ਠੀਕ ਹੈ। ਆਖਰੀ ਹੈ ਜੋ ਆਪ ਨੂੰ ਧਿਆਨ ਨਾਲ ਸੁਣਦਾ ਹੈ ਆਪਦੀ ਸਲਾਹ ਲੈਂਦਾ ਹੈ ਵਿਚਾਰ ਲੈਂਦਾ ਹੈ ਮਿਊਚੁਅਲ ਅੰਡਰਸਟੈਂਡਿੰਗ ਹੈ ਆਪਦੀ ਸੁਣਦਾ ਹੈ ਆਪ ਨਾਲ ਵੱਧ ਤੋਂ ਵੱਧ ਸਮਾਂ ਗੁਜ਼ਾਰਨਾ ਚਾਹੁੰਦਾ ਹੈ ਆਪ ਨੂੰ ਇਗਨੋਰ ਨਹੀਂ ਕਰਦਾ ਇਸ ਤਰ੍ਹਾਂ ਦਾ ਇਨਸਾਨ ਆਪ ਦੇ ਲਈ ਠੀਕ ਹੈ। ਹਰ ਰਿਲੇਸ਼ਨ ਕਦੇ ਵੀ ਕੰਪਲੀਟ ਜਾਂ 100% ਪਰਫੈਕਟ ਨਹੀਂ ਹੁੰਦਾ ਮਾੜੀ ਮੋਟੀ ਨੋਕ ਝੋਕ ਤਾਂ ਹੁੰਦੀ ਰਹਿੰਦੀ ਹੈ ਪਰ ਜੋ ਕੁਝ ਉੱਪਰ ਦੱਸਿਆ ਹੈ ਜੋ ਉਂਝ ਹੁੰਦਾ ਹੈ ਤਾਂ ਉਹ ਬੰਦਾ ਠੀਕ ਹੈ। ਜ਼ਿੰਦਗੀ ਵਿੱਚ ਐਸੇ ਲੋਕ ਬਹੁਤ ਘੱਟ ਮਿਲਦੇ ਹਨ ਅਗਰ ਮਿਲਦੇ ਹਨ ਤਾਂ ਇਹ ਤੁਹਾਡੀ ਗੁੱਡ ਲੱਕ ਹੋਵੇਗੀ। ਧੋਖਾ ਕਰਨ ਵਾਲੇ ਤਾਂ ਬਥੇਰੇ ਮਿਲ ਜਾਣਗੇ ਪਰ ਇਹੋ ਜਿਹੇ ਇਕੱਲ ਜਿਹੇ ਵਿਰਲੇ ਹੀ ਮਿਲਦੇ ਆ। ਇਹੋ ਜਿਹੇ ਲੋਕਾਂ ਨਾਲ ਦੂਰ ਰਹੋ ਜ਼ਿੰਦਗੀ ਸੁਹਾਣੀ ਬਣ ਜਾਏਗੀ। ਅਗਲੀ ਵਾਰੀ ਮੈਂ ਦੱਸਾਂਗਾ ਹੈਪੀ ਰਿਲੇਸ਼ਨਸ਼ਿਪ ਨੂੰ ਖੁਸ਼ ਛੋਟੇ ਹੁੰਦਿਆਂ ਤੋਂ ਸੁਰਤ ਸੰਭਾਲੀ ਇਹਨਾਂ ਦੀਆਂ ਫਿਲਮਾਂ ਦੇਖ ਕੇ ਇੰਨੀ ਉਮਰ ਹੋ ਗਈ ਜੀ ਹੈ ਤੇ ਇਹਨਾਂ ਦੀਆਂ ਫਿਲਮਾਂ ਤੋਂ ਕਾਫੀ ਕੁਝ ਸਿੱਖਿਆ ਜੀ। ਜਿਹੜੀ ਪਹਿਲਾਂ ਫਿਲਮ
ਪਹਿਲਾਂ ਇਹਨਾਂ ਦੀਆਂ ਫਿਲਮਾਂ ਸ਼ੁਰੂ ਦੇ ਵਿੱਚ ਆਈਆਂ, ਜੁਗਨੂ ਆਈ ਜੀ, ਤੇ ਓੜਨ ਖਟੋਲਾ ਆਈ, ਔਰ ਮੁਗਲੇ ਆਜ਼ਮ ਤੇ ਹੋਰ ਵੀ ਬਹੁਤ ਸਾਰੀਆਂ ਫਿਲਮਾਂ। ਤੇ ਮਧੂਮਤੀ ਟ੍ਰੈਜਡੀ ਕਿੰਗ ਕਿਉਂ ਕਿਹਾ ਜਾਂਦਾ ਸੀ ਇਹਨੂੰ? ਹਾਂਜੀ, ਟ੍ਰੈਜਡੀ ਕਿੰਗ ਕਹਿੰਦੇ ਸੀ ਨਾ ਦਲੀਪ ਕੁਮਾਰ ਨੂੰ, ਟ੍ਰੈਜਡੀ ਕਿੰਗ। ਟ੍ਰੈਜਡੀ ਕਿੰਗ ਦੇਖੋ ਇਸ ਕਰਕੇ ਸੀ ਕਿ ਉਹਨਾਂ ਵਰਗੀ ਐਕਟਿੰਗ ਕੋਈ ਨਹੀਂ ਕਰ ਸਕਦਾ ਸੀ। ਅਮਿਤਾਬ ਬੱਚਨ ਨੇ ਵੀ ਬੜੀ ਕੋਸ਼ਿਸ਼ ਕੀਤੀ ਪਰ ਨਹੀਂ। ਅਮਿਤਾਬ ਬੱਚਨ ਤਾਂ ਪੂਨਾ ਇੰਸਟੀਚਿਊਟ ਤੋਂ ਟ੍ਰੇਨਿੰਗ ਲੈ ਕੇ ਆਇਆ ਸੀ, ਪਰ ਇਹ ਅੱਲਾ ਦੇ ਘਰ ਤੋਂ ਟ੍ਰੇਨਿੰਗ ਲੈ ਕੇ ਆਏ ਸੀ, ਕੋਈ ਦੁਨੀਆ ਤੇ ਆ ਕੇ ਟ੍ਰੇਨਿੰਗ ਨਹੀਂ ਸੀ ਲਈ। ਮੁਹੰਮਦ ਯੂਸਫ ਖਾਨ ਨਾਮ ਅਸਲੀ। ਹਾਂਜੀ, ਤੁਹਾਨੂੰ ਪਤਾ ਪਹਿਲਾਂ ਤਾਂ ਇਹ ਤਰਕਾਰੀ ਸਬਜ਼ੀ ਵਗੈਰਾ ਵੀ ਵੇਚਦੇ ਰਹੇ, ਸਮੋਸੇ ਵੇਚਦੇ ਰਹੇ, ਬੜੇ ਇਹਨਾਂ ਨੇ ਪਾਪੜ ਵੇਲੇ ਦਿੱਲੀ ਵਿੱਚ ਵੀ ਆ ਕੇ। ਜੀ, ਮਾੜਾ ਜਿਹਾ ਹੋਲਡ ਰੱਖੋ, ਮਾੜਾ ਜਿਹਾ ਹੋਲਡ ਰੱਖੋ ਜੀ ਆਪਣੇ ਕੋਲ ਕਾਰਨ। ਜੀ ਧੀਰ ਸਾਹਿਬ, ਤੇ ਦਿੱਲੀ ਵਿੱਚ ਆ ਕੇ ਵੀ ਇਹਨਾਂ ਨੇ ਕਾਫੀ ਇੱਧਰ ਉੱਧਰ ਦੇ ਕੰਮ ਕੀਤੇ, ਫਿਰ ਇਹਨਾਂ ਨੂੰ ਕੋਈ ਬੰਦਾ ਉਸ ਵੇਲੇ ਬੰਬੇ ਟਾਕੀਜ਼ ਹੁੰਦੀਆਂ ਸੀ ਜੱਗੀ ਜੀ ਫਿਲਮਾਂ, ਬਿਲਕੁਲ ਬਿਲਕੁਲ, ਉੱਥੇ ਬੰਬੇ ਦੇ ਵਿੱਚ ਲੈ ਗਏ। ਤੇ ਫਿਰ ਦੇਖੋ ਇਹਨਾਂ ਨੇ ਗੰਗਾ ਜਮਨਾ, ਇਹਨਾਂ ਦੀ ਫਿਲਮ ਗੋਪੀ ਬਹੁਤ ਹਿੱਟ ਹੋਈ, ਮੇਰੇ ਕੋਲ ਇਹ ਫਿਲਮਾਂ ਪਈਆਂ ਨੇ, ਤੇ ਵਿਧਾਤਾ ਜੀ ਔਰ ਸੌਦਾਗਰ, ਬਹੁਤ ਫਿਲਮਾਂ ਨੇ ਜਿਹੜਾ ਇਸ ਵੇਲੇ ਨਾਂ ਨਹੀਂ ਯਾਦ ਆ ਰਿਹਾ ਜੀ। ਕਲਾ ਆਪਾਂ ਮੈਂ ਥੋੜੀ ਜਿਹੀ ਵਿਸ਼ੇ ਵਾਲੇ ਪਾਸੇ ਗੱਲ ਕਰ ਰਹੇ, ਫਿਰ ਸਮਾਂ ਥੋੜਾ ਰਹਿੰਦਾ ਜਾਂਦਾ। ਵਿਸ਼ੇ ਵੱਲ ਦੇਖੋ ਜੀ, ਕੈਨੇਡਾ ਦੇ ਵਿੱਚ ਵੀ ਸਮੱਸਿਆਵਾਂ ਹੈਗੀਆਂ ਜੀ ਇਹ, ਅਸੀਂ ਅਮਰੀਕਾ ਦੀ ਗੱਲ ਕੀਤੀ, ਆਸਟ੍ਰੇਲੀਆ ਦੀ ਗੱਲ ਕੀਤੀ, ਬਹੁਤ ਬਹੁਤ ਸਮੱਸਿਆਵਾਂ ਨੇ। ਕੀ ਕਾਰਨ ਇਹਦੇ ਪਿੱਛੇ ਲੱਗਦੇ ਨੇ ਜ਼ਿਆਦਾਤਰ ਅਸੀਂ ਪੰਜਾਬੀ ਕਮਿਊਨਿਟੀ ਦੀ ਜੇ ਗੱਲ ਕਰੀਏ? ਕਹਿੰਦੇ ਹੁੰਦੇ ਆ ਨਾ, ਤੀਜਾ ਰਲਿਆ ਘਰ ਗਲਿਆ, ਕੰਮ ਗਲਿਆ, ਉੱਥੇ ਤਾਂ ਪੌੜੇ ਪੌੜੇ ਤਾਂ ਪੌੜੇ ਉੱਥੇ ਪਏ ਨੇ ਜਿੱਥੇ ਕੁੜੀ ਦੇ ਮਾਂ ਬਾਪ ਨਾਲ ਰਹਿੰਦੇ ਆ ਜੀ। ਬਿਲਕੁਲ, ਉਹਨਾਂ ਦੇ ਵਿੱਚ ਅਸੀਂ ਤਾਂ ਕਈ ਵਾਰੀ ਇੱਥੇ ਮਰਡਰ ਹੁੰਦੇ ਹੁੰਦੇ ਵੀ ਦੇਖੇ ਨੇ। ਇਹ ਤਾਂ ਇੱਕ ਕਿਸੇ ਨੇ ਅੰਕੜੇ ਵੀ ਦਿੱਤੇ ਸੀਗੇ ਜੀ ਇਹ। ਹਾਂਜੀ, ਤੇ ਉਹ ਕਤਲ ਵੀ ਹੁੰਦੇ ਦੇਖੇ ਨੇ। ਮੈਂ ਦੋ ਤਿੰਨ ਘਰਾਂ ਦੇ ਵਿੱਚ ਗਿਆ ਵਾਂ ਜਿੱਥੇ ਮੈਨੂੰ ਬੁਲਾਇਆ ਗਿਆ ਰਾਜ਼ੀਨਾਮਾ ਕਰਾਉਣ ਵਾਸਤੇ, ਤੇ ਕਈ ਵਾਰੀ ਉਹ ਗੱਲ ਮੰਨ ਜਾਂਦੇ ਸੀ। ਮੈਂ ਉਹਨਾਂ ਨੂੰ ਇਹ ਕਹਿੰਦਾ ਸੀ ਤੁਸੀਂ ਕਾਉਂਸਲਿੰਗ ਕਰੋ ਜੀ, ਕਿ ਕਾਉਂਸਲਿੰਗ ਤਾਂ ਇੱਥੇ ਕੈਨੇਡਾ ਦੇ ਵਿੱਚ ਫ੍ਰੀ ਆ। ਅੱਛਾ, ਤੇ ਕਾਉਂਸਲਿੰਗ ਲੈਣੀ ਚਾਹੀਦੀ ਆ, ਤੇ ਪਰ ਇਹ ਸਿੰਗਲ ਮਦਰ ਨੂੰ ਤਾਂ ਬਹੁਤ ਵੱਡੀ ਸਮੱਸਿਆਵਾਂ ਬਹੁਤ ਨੇ ਜੀ। ਸਿੰਗਲ ਫਾਦਰ ਨੂੰ ਪ੍ਰੋਬਲਮ ਕੋਈ ਨਹੀਂ, ਸਿੰਗਲ ਮਦਰ ਨੂੰ ਬੜੀਆਂ ਪ੍ਰੋਬਲਮਾਂ ਨੇ। ਆਦਮੀ ਲੋਕ ਤਾਂ, ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਇਹ ਤਾਂ ਬੱਚੇ ਪੈਦਾ ਕਰਕੇ ਪਾਸੇ ਹੋ ਜਾਂਦੇ ਨੇ ਤੇ ਉਹ ਗਲ ਪੈ ਜਾਂਦੇ ਨੇ ਮਾਂ ਦੇ। ਤੇ ਅੱਛਾ, ਅਸੀਂ ਇੱਕ ਜ਼ਰੂਰ ਚਾਹਾਂਗੇ ਸਾਡੇ ਦਰਸ਼ਕਾਂ ਵਾਸਤੇ ਜ਼ਰੂਰ ਕੁਝ ਦੇਖਦੇ ਹੋਣਗੇ ਲੋਕ, ਅਤੇ ਹੁਣ ਉਹਨਾਂ ਨੂੰ ਦਿਮਾਗੀ ਤੌਰ 'ਤੇ ਉਹ ਹੋ ਜਾਂਦੀਆਂ ਜਿਹਦਾ ਅਸਰ ਬੱਚੇ 'ਤੇ ਪੈਂਦਾ, ਦਿਮਾਗੀ ਤੌਰ 'ਤੇ ਉਹ ਕਹਿ ਲਓ ਸਟ੍ਰੈਸ ਦੇ ਵਿੱਚ ਆ ਜਾਂਦੀਆਂ। ਇਹ ਜਿਹੜੀਆਂ ਡਿਵੋਰਸ ਫੈਮਿਲੀਆਂ ਦੇ ਬੱਚੇ ਹੁੰਦੇ ਆ ਨਾ, ਉਹ ਮੈਂਟਲੀ ਸਿੱਕ ਹੋ ਜਾਂਦੇ ਆ ਜੀ, ਕਿਉਂਕਿ ਬੱਚੇ ਨੂੰ ਦੇਖੋ ਜੱਗੀ ਜੀ ਦੋਨੋਂ ਪਾਸੇ ਚਾਹੀਦੇ ਹੁੰਦੇ, ਮਾਂ ਦਾ ਪਿਆਰ ਵੀ ਚਾਹੀਦਾ, ਪਿਓ ਦਾ ਵੀ ਚਾਹੀਦਾ। ਤੇ ਫਿਰ ਉੱਥੇ ਸਾਡੀ ਕਮਿਊਨਿਟੀ ਦੇ ਵਿੱਚ ਤਾਂ ਏਦਾਂ ਆ ਵੀ ਵਾਈਫ ਦੇ ਗੱਲ ਬੱਚੇ ਪਾਸਤੇ ਤੇ ਆਦਮੀ ਹੋਰ ਵਿਆਹ ਕਰਵਾ ਲੈਂਦਾ, ਉਹ ਬੱਚਿਆਂ ਨੂੰ ਕੋਈ ਔਰਤ ਦੇ ਉੱਤੇ ਸਾਰਾ ਫਾਈਨਾਂਸ਼ੀਅਲੀ ਬਰਡਨ ਪੈ ਗਈ, ਉਹ ਕੰਮ ਕਰੇ ਜਾਂ ਬੱਚੇ ਪਾਲੇ, ਕਿਸ ਤਰ੍ਹਾਂ ਬੱਚੇ ਪਾਲੇ। ਬਿਲਕੁਲ ਜੀ, ਬਹੁਤ ਵੱਡੀਆਂ ਸਮੱਸਿਆਵਾਂ ਨੇ ਜੀ, ਇਹਦੀ ਨੌਬਤ ਆਉਣੀ ਨਹੀਂ ਚਾਹੀਦੀ। ਆਪਾਂ ਤਾਂ ਇਹੀ ਕਹਿੰਦੇ ਜੀ ਕੁਛ ਵੀ ਕਰਨਾ ਚਾਹੀਦਾ, ਇਹਦੀ ਨੌਬਤ ਨਹੀਂ ਆਉਣੀ ਚਾਹੀਦੀ। ਔਰ ਕਈ ਹੁਣ 25 ਦਿਨ ਹੀ ਵਿਆਹ ਨੂੰ ਹੋਏ ਆ, ਉਦੋਂ ਬਾਅਦ ਹੀ ਕੋਈ ਕੋਈ 5-7 ਸਾਲ ਬਾਅਦ ਕੋਈ ਕੁਛ ਕੋਈ ਕੁਛ ਪਤਾ ਨਹੀਂ ਲੱਗਦਾ ਕੁਛ। ਕਈਆਂ ਫੈਮਿਲੀਆਂ ਦੇ ਵਿੱਚ ਮੁੰਡਿਆਂ ਨੇ ਵੀ ਸਫ਼ਰ ਕੀਤਾ ਬਹੁਤ। ਹਾਂਜੀ ਹਾਂਜੀ, ਮੁੰਡਿਆਂ ਨੇ, ਪਰ ਮੁੰਡਿਆਂ ਨੂੰ ਕੋਈ ਸਮੱਸਿਆ ਨਹੀਂ ਆਈ ਇੰਨੀ। ਸਾਡੇ ਇੱਥੇ ਪੀਸੀ ਦੇ ਵਿੱਚ ਹੋਏ ਸੀ ਕੁਛ ਕੇਸ ਜਿੱਥੇ ਮੁੰਡੇ ਉਹਨਾਂ ਦੀਆਂ ਜਿੱਥੇ ਵਿਆਹ ਕਰਾ ਕੇ ਆਏ ਇੰਡੀਆ, ਉਹ ਕਿਸੇ ਹੋਰ ਨਾਲ ਤੁਰ ਗਈਆਂ। ਤੇ ਇਹ ਵੀ ਹੈਗਾ ਇੱਕ ਹੋਰ ਕੰਮ ਚੱਲਿਆ ਹੋਇਆ ਤੁਹਾਡੇ ਕੈਨੇਡਾ ਦੇ ਕੰਮ ਚੱਲਿਆ ਹੋਇਆ ਕਿ ਗਰੋਹ ਬਣ ਜਾਂਦੇ ਇਹ, ਕੁੜੀਆਂ ਵੀ ਇਨਵੋਲਵ ਨੇ, ਕੁੜੀਆਂ ਜਾਂਦੀਆਂ ਨੇ ਜੀ, ਆ ਜਾਓ ਮੁੰਡੇ ਬਾਹਰ ਜਿਹੜੇ ਜਾਣਾ ਮੁੰਡਿਆਂ ਨੂੰ, ਉਹਨਾਂ ਨੂੰ ਉੱਥੇ ਦੇਖਦੇ ਨੇ ਉਹ ਕੁੜੀਆਂ, ਜੈਨੂਨ ਕੁੜੀਆਂ, ਪਾਸਪੋਰਟ ਵੀ ਦਿਖਾਉਂਦੇ, ਸਭ ਕੁਝ ਦਿਖਾਉਂਦੇ, ਉਹ ਪੈਸੇ ਪੂਏ ਲੈ ਕੇ ਉਦੋਂ ਬਾਅਦ ਮੁੜ ਕੇ ਲੱਭਦੇ ਨਹੀਂ ਉਹ, ਨਹੀਂ ਨਹੀਂ ਲੱਭਦੇ, ਪਾਸਪੋਰਟ ਵੀ ਦਿਖਾਉਂਦੇ ਨੇ। ਇਹ ਇੱਕ ਐਸਾ ਗਰੋਹ ਇਹ ਨਵਾਂ ਚੱਲਿਆ ਹੁਣੇ ਹੁਣੇ ਕੁੜੀਆਂ ਵੱਲੋਂ ਨਾਲ ਮਿਲ ਕੇ ਮਿਲ ਮਿਲਾ ਕੇ ਇੰਡੀਆ ਜਾਂਦੇ ਨੇ। ਅਗਲਾ ਕਹਿੰਦਾ ਜੀ ਪਾਸਪੋਰਟ ਦੇਖੋ, ਤੁਸੀਂ ਪਾਸਪੋਰਟ ਕੁੜੀ ਦਾ ਦੇਖੋ ਜੀ, ਸਾਰਾ ਕੁਛ ਹੈਗਾ, ਅਤੇ ਉਹ ਉਦੋਂ ਬਾਅਦ ਪੈਸੇ ਪੂਸੇ ਲੈ ਲੈ, ਸੌਦਾ ਹੋ ਗਿਆ। ਤੁਹਾਨੂੰ ਪਤਾ ਜੱਗੀ ਜੀ ਉੱਥੇ ਸਾਰਾ ਕੁਝ ਜਾਲੀ ਬਣ ਜਾਂਦਾ। ਹਾਂਜੀ, ਸਭ ਕੁਝ ਜਾਲੀ ਕਰਦੇ ਨੇ, ਧੋਖਾਧੜੀ ਤਾਂ ਇੰਨੀ ਹੋ ਰਹੀ ਆ। ਤੇ ਹੁਣ ਤਾਂ ਕਈ ਵਾਰੀ ਮੈਂ ਸੱਚੀ ਗੱਲ ਦੱਸਾਂ ਨਾ, ਕਿਸੇ ਦੇ ਘਰ ਵੀ ਦੇਖੋ ਕਿਸੇ ਦੀ ਧੀ ਦਾ ਡਿਵੋਰਸ ਹੋਇਆ,
ਕਿਸੇ ਦੇ ਪੁੱਤ ਦਾ ਡਿਵੋਰਸ ਹੋਇਆ, ਬਹੁਤ ਬੁਰਾ ਰਿਸ਼ਤੇ ਕਰਨ ਲੱਗਿਆ ਵੀ ਡਰ ਲੱਗਦਾ ਕਿਤੇ ਸਾਡੇ ਬੱਚਿਆਂ ਨਾਲ ਲੈਂਦਾ ਹੋ ਜਾਵੇ। ਵਿਸ਼ਵਾਸ ਹੀ ਖਤਮ ਹੋ ਗਿਆ ਜੀ ਬਹੁਤ ਸਾਰੇ ਲੋਕਾਂ ਦਾ, ਪੰਜਾਬ ਦੇ, ਪੰਜਾਬ ਤੋਂ ਜਾ ਕੇ ਵਿਆਹ ਕਰਾਉਣ ਕੇ ਲਿਆਉਣ ਦੇ ਵਿੱਚ ਵਿਸ਼ਵਾਸ ਹੀ ਖਤਮ ਹੋ ਗਿਆ। ਮੈਂ ਇੱਕ ਮੇਰਾ ਦੋਸਤ ਸੀ ਉਹ ਮੈਨੂੰ ਨਾਲ ਲੈ ਕੇ ਗਿਆ, ਕਹਿੰਦਾ ਅੱਜ ਮੇਰੀ ਵਾਈਫ ਨੇ ਆਉਣਾ, ਉਹਨੇ ਟਾਟੋ ਏਅਰਪੋਰਟ ਤੇ ਫੁੱਲਾਂ ਦਾ ਗੁਲਦਸਤਾ ਵੀ ਖਰੀਦਿਆ ਤੇ ਜਦੋਂ ਅਸੀਂ ਦੇਖਿਆ ਵੀ ਫਲਾਈਟ ਦਾ ਟਾਈਮ ਤਾਂ ਲੰਘ ਗਿਆ, ਅਸੀਂ ਪਤਾ ਕੀਤਾ ਉਹ ਕਹਿੰਦੇ ਜੀ ਇਹ ਤਾਂ ਉਹ ਜਿਹੜੀ ਕੁੜੀ ਸੀਗੀ ਉਹ ਮਤਲਬ ਅੱਗੇ ਵੈਨਕੂਵਰ ਆਪਣੇ ਚਾਚੇ ਕੋਲ ਚਲੀ ਗਈ। ਇਹ ਨਿਊਯਾਰਕ ਵੀ ਸੇਮ ਕੇਸ ਹੋਇਆ ਸੀ ਜੀ, ਔਰ ਉਹ ਮੁੰਡਾ ਵਿਚਾਰਾ ਇੰਨਾ ਅਪਸੈਟ, ਮੈਂ ਉਹਨੂੰ ਆਪਣੀ ਜੱਫੀ ਵਿੱਚ ਲਿਆ, ਮੈਂ ਕਿਹਾ ਤੂੰ ਫਿਕਰ ਨਾ ਕਰ, ਤੂੰ ਜਵਾਨ ਆ ਤੇ ਤੇਰੇ ਨਾਲ ਇੱਥੇ ਤਾਂ ਵਿਆਹ ਹੋਇਆ ਤਾਂ ਕਈ ਕਈ ਸਾਲ ਬਾਅਦ ਡਿਵੋਰਸ ਹੋ ਜਾਂਦੇ ਨੇ, ਤੇਰਾ ਤਾਂ ਜੇ ਕੁਛ ਵਿਗੜਿਆ ਨੀ। ਉਹਨੇ ਆਪਣੇ ਫੁੱਲ ਭਗਾ ਕੇ ਪਰੇ ਮਾਰੇ, ਹੁਣ ਕੀ ਕਰੇ ਬੰਦਾ। ਹੱਦ ਹੀ ਹੈ ਜੀ, ਹੱਦ ਹੀ ਹੈ। ਸੋ ਵਿਸ਼ਵਾਸ ਨਾਮ ਦੀ ਚੀਜ਼ ਬਿਲਕੁਲ ਹੀ ਖਤਮ ਹੋ ਜਾਏਗੀ ਆਉਣ ਵਾਲੇ ਸਮੇਂ। ਤੁਹਾਡਾ ਬਹੁਤ ਧੰਨਵਾਦ ਜੀ, ਅਤੇ ਸਭ ਔਖਾ ਜੀ, ਮਿਹਰਬਾਨੀ, ਬਹੁਤ ਮਿਹਰਬਾਨੀ। ਵਾਕਈ ਜੀ ਵਿਸ਼ਵਾਸ ਕਹਿੰਦੇ ਬਣਾਉਣਾ ਔਖਾ, ਬਣਾਉਣ ਨੂੰ ਸਦੀਆਂ ਲੱਗ ਜਾਂਦੀਆਂ, ਤੋੜਨ ਨੂੰ ਤਾਂ ਸਕਿੰਟ ਵੀ ਨਹੀਂ ਲੱਗਦਾ ਹੈਗਾ, ਇੱਕ ਸਕਿੰਟ ਦੇ ਵਿੱਚ ਟੁੱਟ ਜਾਂਦਾ। ਸੋ ਇਸ ਤਰ੍ਹਾਂ ਦਾ ਵਿਸ਼ਵਾਸ ਜਿਹੜਾ ਸਾਡੇ ਰਿਸ਼ਤਿਆਂ ਦੇ ਵਿੱਚ ਬਿਲਕੁਲ ਹੀ ਰਿਸ਼ਤੇ ਖਤਮ ਕਰੀ ਜਾਂਦਾ, ਲੋਕਾਂ ਦਾ ਵਿਸ਼ਵਾਸ ਹੀ ਖਤਮ ਹੋਈ ਜਾਂਦਾ ਕਿ ਇੰਡੀਆ ਤੋਂ ਨਹੀਂ ਲਿਆਉਣਾ, ਮੁੰਡਾ ਕਹਿੰਦਾ ਮੈਂ ਇੰਡੀਆ ਨਹੀਂ ਵਿਆਹ ਕਰਾਉਣਾ, ਕੁੜੀ ਕਹਿੰਦੀ ਮੈਂ ਇੰਡੀਆ ਨਹੀਂ ਵਿਆਹ ਕਰਾਉਣਾ। ਇੱਥੋਂ ਤੱਕ ਜੇ ਸੋਚ ਬਣ ਗਈ ਹੈ ਅੱਜ ਕੱਲ੍ਹ ਦੇ ਬੱਚਿਆਂ ਦੀ ਕਿ ਅਸੀਂ ਤਾਂ ਭਾਈ ਇੱਧਰਲੇ ਲੋਕ ਜਿਹੜੇ ਹੈਗੇ ਨੇ ਹੋਰ ਕਮਿਊਨਿਟੀ ਦੇ, ਸਾਨੂੰ ਤਾਂ ਉਹ ਠੀਕ ਨੇ। ਇੱਥੇ ਬਹੁਤ ਮਾੜੀ, ਬਹੁਤ ਹੀ ਮੰਦਭਾਗੀ ਇਹ ਗੱਲ ਹੈਗੀ ਆ, ਜਿੱਥੋਂ ਸਾਨੂੰ ਸਾਰਿਆਂ ਨੂੰ ਬਚਣ ਦੀ ਲੋੜ ਹੈਗੀ ਆ। ਸੋ ਬ੍ਰੇਕ ਤੋਂ ਬਾਅਦ ਫਿਰ ਕੋਸ਼ਿਸ਼ ਕਰਾਂਗੇ, ਸਮਾਂ ਬਚਿਆ ਤਾਂ ਕਾਲਾਂ ਵੀ ਲਵਾਂਗੇ, ਅਦਰਵਾਈਜ਼ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਦਸ ਪੰਜਾਬ ਜੀ। ਪ੍ਰੋਗਰਾਮ ਦਾ ਸਮਾਂ ਤਕਰੀਬਨ ਖਤਮ ਹੈ, ਜ਼ਰੂਰ ਅਸੀਂ ਫਿਰ ਕਿਸੇ ਦਿਨ ਵੀ ਇਸ ਵਿਸ਼ੇ ਨੂੰ ਰੱਖਣ ਦੀ ਕੋਸ਼ਿਸ਼ ਕਰਾਂਗੇ। ਮੁੱਕਦੀ ਗੱਲ ਤਾਂ ਇਹ ਹੈ ਜੀ ਕਿ ਧਿਆਨ ਰੱਖਣਾ ਪਏਗਾ, ਇਹ ਸਮੱਸਿਆ ਆਵੇ ਹੀ ਨਾ ਜਿਵੇਂ ਅਸੀਂ ਗੱਲ ਕਰਦੇ ਹਾਂ। ਔਰ ਕਈ ਵਾਰੀ ਸਮੱਸਿਆ ਕੋਈ ਕੁਛ ਵੀ ਨਹੀਂ ਹੁੰਦੀ, ਜਮਾਂ ਇੱਕ ਈਗੋ ਪ੍ਰੋਬਲਮ ਆ ਜਾਂਦੀ ਹਸਬੈਂਡ ਵਾਈਫ ਦੇ ਵਿੱਚ, ਤੂੰ ਆਹ ਕਿਉਂ ਕਿਹਾ ਤਾਂ ਤੂੰ ਉਹ ਕਿਉਂ ਕਿਹਾ, ਅਤੇ ਉਦੋਂ ਬਾਅਦ ਗੱਲ ਵੱਧ ਜਾਂਦੀ ਹੈ। ਬਾਕੀ ਜਿਹੜੀ ਅਸੀਂ ਇਹ ਗੱਲ ਕਰਦੇ ਹਾਂ ਕਿ ਇੱਧਰ ਆ ਕੇ ਬਹੁਤ ਸਾਰੇ ਲੋਕ ਗ੍ਰੀਨ ਕਾਰਡ ਜਿਹੜਾ ਮਿਲ ਜਾਂਦਾ ਹੈ, ਕਿਉਂਕਿ ਕੋਈ ਬਾਹਲਾ ਪੁੱਛਦੇ ਦੱਸਦੇ ਹੈ ਨਹੀਂ ਜਿਹੜੇ ਹੈਗੇ ਨੇ। ਕੋਈ ਅਗਰ ਕਹਿੰਦਾ ਵੀ ਹੈ ਵੀ ਭਾਈ ਮੇਰੇ ਨਾਲ ਇਹਨੇ ਧੋਖਾ ਕੀਤਾ ਵਿਆਹ ਕਰਾ ਕੇ, ਤਾਂ ਜਿਹੜੀ ਇੰਟਰਵਿਊ ਵਗੈਰਾ ਵੀ ਹੁੰਦੀ ਹੈ 2 ਸਾਲ ਬਾਅਦ 3 ਸਾਲ ਬਾਅਦ, ਉਹਦੀ ਕੋਈ ਬਾਹਲੀ ਅਹਿਮੀਅਤ ਹੈ ਨਹੀਂ, ਕਿਉਂਕਿ ਉਹ ਕਹਿੰਦੇ ਜੀ ਤੁਹਾਡੇ ਤਾਂ ਕੰਮ ਹੀ ਇਹ ਹੈ, ਇਸ ਕਰਕੇ ਸੱਚਾ ਕਿ ਝੂਠਾ ਸਾਨੂੰ ਨਹੀਂ ਪਤਾ। ਗ੍ਰੀਨ ਕਾਰਡ ਤਕਰੀਬਨ ਮਿਲ ਜਾਂਦਾ, ਘਰੇਲੂ ਹਿੰਸਾ ਜਿਹੜੀ ਹੈਗੀ ਆ ਉਹਦੇ ਵਿੱਚ ਵੀ ਗ੍ਰੀਨ ਕਾਰਡ ਮਿਲ ਜਾਂਦਾ, ਚਾਹੇ ਉਹ ਪਤੀ ਹੈ ਚਾਹੇ ਪਤਨੀ ਹੈ। ਅਗਰ ਉਹਨਾਂ ਦਾ ਅਲੱਗ ਅਲੱਗ ਵੀ ਰਹਿੰਦੇ ਆ, ਡਾਇਵੋਰਸ ਵੀ ਹੋਇਆ, ਤਾਂ ਉਹ ਵਕੀਲ ਜਿਹੜੇ ਗ੍ਰੀਨ ਕਾਰਡ ਦਵਾ ਦਿੰਦੇ ਨੇ। ਸੋ ਉਹ ਬੜਾ ਵੱਡਾ ਇਸ਼ੂ ਨਹੀਂ ਹੈ। ਕਈ ਕਹਿੰਦੇ ਨੇ ਵੀ ਨੇ ਜਿਹੜੇ ਹੁਣ ਕੁੜੀ ਸੱਚੀ ਹੈ ਵਿਚਾਰੀ, ਉਹ ਇਮੀਗ੍ਰੇਸ਼ਨ ਵਾਲਿਆਂ ਅੱਗੇ ਰੋਂਦੀ ਆ ਅਤੇ ਮੁੰਡਾ ਰੋਂਦਾ, ਅਤੇ ਉਹ ਕਹਿੰਦੇ ਵੀ ਨਹੀਂ ਪਾਈਏ ਤਾਂ ਕੁਛ ਨਹੀਂ ਹੋ ਸਕਦਾ ਇਹਦਾ। ਇਹ ਤਾਂ ਕਿਉਂਕਿ ਆਪਣੇ ਬੰਦੇ ਨੇ ਇਹ ਵੀ ਬਹੁਤ ਕੀਤਾ ਨਾ ਕਿ ਤਲਾਕ ਦੇ ਕੇ ਫਿਰ ਦੂਜਾ ਵਿਆਹ ਕਰਾ ਕੇ, ਫਿਰ ਉਹਨੂੰ ਤਲਾਕ ਦੇ ਕੇ ਫਿਰ ਪਹਿਲੇ ਨਾਲ ਵਿਆਹ ਕਰਾ ਲਿਆ, ਇਹੋ ਜਿਹਾ ਬੜਾ ਕੁਛ ਚੱਲਦਾ ਹੁੰਦਾ। ਸੋ ਭਾਈ ਸਾਡੀ ਕਮਿਊਨਿਟੀ ਦੀ ਆਪਾਂ ਗੱਲ ਕਰਦੇ ਹਾਂ, ਕਮਿਊਨਿਟੀ ਨੂੰ ਜ਼ਰੂਰ ਧਿਆਨ ਰੱਖਣ ਦੀ ਲੋੜ ਹੈ ਸਾਰਿਆਂ ਨੂੰ, ਅਤੇ ਜਿਨ੍ਹਾਂ 'ਤੇ ਇਹ ਸਮੱਸਿਆ ਆ ਗਈ ਆ, ਕਿਨ੍ਹਾਂ 'ਤੇ ਭੈਣਾਂ 'ਤੇ, ਕਿਸੇ 'ਤੇ ਆਈ ਹੈ ਬੱਚਿਆਂ 'ਤੇ, ਬੱਚੀ 'ਤੇ ਆਈ, ਕਿਸੇ 'ਤੇ ਕਿਸੇ ਲੇਡੀਜ਼ 'ਤੇ ਸਮੱਸਿਆ ਆਈ ਹੈ ਸਿੰਗਲ ਮਾਂ ਵਾਲੀ, ਅਤੇ ਉਹਨੂੰ ਇਹ ਚੀਜ਼ ਦੀ ਬਿਲਕੁਲ ਅਟੇ ਸੀ, ਤੋਂ ਮੇਰੇ ਖਿਆਲ ਦੇਖਦੇ ਹੋਣੇ ਪ੍ਰੋਗਰਾਮ ਜਿਨ੍ਹਾਂ ਨੇ ਮੈਨੂੰ ਇਹ ਦੱਸਿਆ ਵੀ ਸੀਗਾ, ਅਤੇ ਉਹ ਬਿਲਕੁਲ ਹੀ ਸੋਚਣ ਦੀ ਲੋੜ ਨਹੀਂ ਕਿ ਉਹਨਾਂ ਨੂੰ ਲੋਕ ਕਿਵੇਂ ਦੇਖਦੇ ਨੇ ਜਾਂ ਲੋਕ ਕੀ ਕਹਿਣਗੇ। ਇੱਕ ਬੜੀ ਫਿਲਮ ਸੀਗੀ ਬਹੁਤ ਹੌਸਲਾ ਦੇਣ ਵਾਲੀ, ਇਹ ਸੰਜੂ ਆਈ ਸੀ ਫਿਲਮ ਇੱਕ, ਉਹਦੇ 'ਚ ਕਹਿੰਦੇ ਲੋਗੋ ਕਾ ਕੰਮ ਹੈ ਕਹਿਣਾ, ਕੁਛ ਕੁਛ ਤੋਂ ਲੋਕ ਕਹੇਗੇ ਲੋਕਾਂ ਦਾ ਕੰਮ ਹੈ ਕਹਿਣਾ, ਵੀ ਇੱਦਾਂ ਵੀ ਲੋਕਾਂ ਦੀ ਬਿਲਕੁਲ ਪਰਵਾਹ ਛੱਡ ਕੇ ਆਪਣੀ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ। ਜਿਹੜੀ ਰੌਬੀ ਨੇ ਗੱਲ ਕਹੀ ਕਿ 5 ਸਾਲ ਜੇ ਤੁਹਾਡੇ ਖਰਾਬ ਹੋ ਗਏ ਨੇ ਅਤੇ ਬਾਕੀ ਜਿਹੜੀ ਜ਼ਿੰਦਗੀ ਪਰਮਾਤਮਾ ਨੇ ਦਿੱਤੀ ਹੈ, ਤਾਂ ਉਹਨਾਂ 5 ਸਾਲਾਂ ਕਰਕੇ ਬਾਕੀ ਜ਼ਿੰਦਗੀ ਅਸੀਂ ਖਰਾਬ ਨਾ ਕਰੀਏ, ਨੋਰਮਲ ਲਾਈਫ ਜੀਏ, ਕੰਮ ਕਰ ਕਰੀਏ, ਬੱਚਿਆਂ ਧਿਆਨ ਰੱਖੀਏ, ਇਹੀ ਜ਼ਿੰਦਗੀ ਹੈਗੀ ਆ। ਬਾਅਦ ਜਿਹੜਾ ਦੂਜੀ ਦਿਮਾਗ 'ਚ ਵਿੱਚ ਗੱਲ ਬੈਠੀ ਹੈ ਵੀ ਹੋਰ ਵਿਆਹ ਕਰਾਉਣਾ ਹੀ ਨਹੀਂ, ਉਹ ਵੀ ਮੇਰੇ ਹਿਸਾਬ ਦੇ ਨਾਲ ਤਾਂ ਸ਼ਾਇਦ ਗਲਤ ਹੈ। ਸੋਚ ਸਮਝ ਕੇ ਕਰਾ ਲੈਣਾ ਚਾਹੀਦਾ, ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਉਮੀਦ ਕਰਦਾ ਅੱਜ ਦਾ ਪ੍ਰੋਗਰਾਮ ਤੁਹਾਨੂੰ ਵਧੀਆ ਲੱਗਿਆ ਹੋਏਗਾ। ਈਮੇਲ ਕਰ ਸਕਦੇ ਹੋ jaggi@justbroadcasting.com ਜਾਂ ਫਿਰ info@justbroadcasting.com। ਇਸ ਤੋਂ ਇਲਾਵਾ ਫੇਸਬੁੱਕ, ਟਵਿੱਟਰ ਜਾਂ ਵਟਸਐਪ ਨੰਬਰ ਜਾਂ ਮੇਰਾ ਸੈੱਲ ਨੰਬਰ ਹੈਗਾ 209-400-3338, ਕਿਤੇ ਵੀ ਸੰਪਰਕ ਕਰ ਸਕਦੇ ਹੋ। ਅਖੀਰ ਦੇ ਵਿੱਚ ਸਭ ਦਾ ਬਹੁਤ ਬਹੁਤ ਧੰਨਵਾਦ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰਾਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।